ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸੋ ਮੱਚ ਫੋਰ ਚੂਜ਼ਿੰਗ ਮੀ। ਇੰਨੇ ਸਾਲਾਂ ਤੋਂ ਮੈਂ ਰਿਪੀਟ ਕਰ ਰਹੀ ਹਾਂ ਕਿ ਅੱਜ ਇਸ ਟਾਈਮ 'ਤੇ ਸਾਡਾ 10ਵਾਂ ਸਾਲ ਚੱਲ ਰਿਹਾ ਵਿਦ ਮੀ, ਯੂ ਨੋ, ਗੱਲਬਾਤ ਵਿਦ ਅਰਵਿੰਦ ਕੌਰ ਦਾ 10th ਈਅਰ ਚੱਲ ਰਿਹਾ, ਵਿੱਚ ਦੇਖੋ ਤਾਂ ਲੱਗਦਾ ਕਿੱਥੇ ਗਿਆ ਟਾਈਮ। ਯੂ ਨੋ, ਹੁਣੇ ਸਟਾਰਟ ਕੀਤਾ ਸੀ, ਹੁਣੇ ਤੁਹਾਡੇ ਨਾਲ ਸਾਰਿਆਂ ਨਾਲ ਜਾਣ ਪਛਾਣ ਹੋਣੀ ਸ਼ੁਰੂ ਹੋਈ ਸੀ, ਐਂਡ ਯੂ ਵਰ ਸੋ ਸਪੋਰਟਿਵ। ਜਿਸ ਤਰ੍ਹਾਂ ਮੈਂ ਕਿਹਾ ਕਿ ਸ਼ੁਰੂਆਤ 'ਚ ਹੀ ਮੈਂ ਦੱਸਿਆ ਸੀ ਕਿ ਮੈਂ ਮੀਡੀਆ ਤੋਂ ਨਹੀਂ ਹਾਂ, ਮੈਂ ਕਲੀਨਿਕਲ ਸਾਈਕੋਲੋਜਿਸਟ ਹਾਂ, ਔਰ ਇਹ ਸ਼ਾਇਦ ਮੇਰੇ ਵਾਸਤੇ ਨਵਾਂ ਹੈ, ਕੰਫਰਟ ਜ਼ੋਨ ਤੋਂ ਬਾਹਰ ਹੈ ਕਿ ਮੇਕਅਪ ਲਗਾ ਕੇ ਇੱਥੇ ਟੀਵੀ ਦੇ ਸਾਹਮਣੇ, ਕੈਮਰੇ ਦੇ ਸਾਹਮਣੇ ਬੈਠ ਜਾਓ ਅਤੇ ਗੱਲਾਂ ਕਰੋ। ਬਟ ਤੁਸੀਂ ਸਾਰਿਆਂ ਨੇ ਇੰਨਾ ਸਾਥ ਦਿੱਤਾ ਦੈਟ ਇਟ ਮੇਡ ਐਵਰੀਥਿੰਗ ਮੇਡ ਵਾਜ਼ ਮੇਡ ਸੋ ਈਜ਼ੀ, ਐਂਡ ਪਤਾ ਹੀ ਨਹੀਂ ਲੱਗਿਆ ਕਿ ਟਾਈਮ ਕਿਸ ਤਰ੍ਹਾਂ ਨਿਕਲ ਗਿਆ। ਸੋ ਈਜ਼ੀ ਦਾ ਇਹ ਵੀ ਹੈ ਕਿ ਕੁਛ ਕੁਛ ਯੂ ਨੋ ਮੁਸ਼ਕਲਾਂ ਆਉਂਦੀਆਂ ਰਹਿੰਦੀਆਂ ਨੇ, ਔਰ ਅੱਜ ਵੀ ਮੈਨੂੰ ਲੱਗਦਾ ਮੈਂ ਥੋੜ੍ਹੇ ਟਫ ਸਪੋਟ 'ਤੇ ਹਾਂ। ਮੈਂ ਫੇਸਬੁੱਕ ਪੇਜ ਦੇ ਉੱਤੇ ਸ਼ੇਅਰ ਕੀਤਾ ਸੀ, ਮੈਂ ਹੁਣ ਸਾਰਿਆਂ ਨੂੰ ਵੀ ਦੱਸਦਾ ਕਿ ਅੱਜ ਇੱਕ ਮੇਰੇ ਕੋਲ ਯੰਗ ਗੈਸਟ ਆਉਣ ਵਾਲੀ ਸੀ, ਜਿਹੜੀ ਲਾਸਟ ਮਿੰਟ ਉਹਨੇ ਕੈਂਸਲ ਕਰਤਾ। ਉਹਦਾ ਹੀ ਟੋਪਿਕ ਸੀਗਾ, ਮੈਨੂੰ ਕੁਛ ਸੋਸ਼ਲ ਸੈਟਿੰਗ ਦੇ ਉੱਤੇ ਕਿਤੇ ਮਿਲੀ ਸੀ, ਐਂਡ ਗੱਲਾਂ ਕਰਨ ਲੱਗ ਗਈ, ਐਂਡ ਸ਼ੀ ਵਾਜ਼ ਵੈਰੀ ਓਪਨ, ਐਂਡ ਸ਼ੀ ਸੈਡ ਕਿ ਯੂ ਨੋ ਅਸੀਂ ਕਿਉਂ ਨਹੀਂ ਗੱਲਾਂ ਕਰਦੇ ਕਿ ਜਨਰੇਸ਼ਨਸ ਦੇ ਵਿੱਚ ਗੈਪ ਬੜਾ। ਐਸਪਾਇਰਿੰਗ ਸੋਸ਼ਲ ਸਾਈਕੋਲੋਜਿਸਟ ਹੈ, ਕਹਿੰਦੀ ਮੈਂ ਬਹੁਤ ਪੜ੍ਹਾਈ ਕਰਨੀ ਹੈ, ਮੈਂ PhD ਕਰਨੀ ਹੈ ਸੋਸ਼ਲ ਸਾਈਕੋਲੋਜੀ 'ਚ, ਅਤੇ ਬੜਾ ਆਪਣਾ ਪ੍ਰਿਜ਼ਨਰਸ ਦੇ ਨਾਲ ਕੰਮ ਕਰਨ ਦਾ ਉਹਨੂੰ ਬਹੁਤ ਸ਼ੌਂਕ ਹੈ। ਸਵੇਰੇ ਉਹਨੂੰ ਲੱਗ ਰਿਹਾ ਕਿ ਉਹ ਬੜਾ ਕੰਮ ਕਰੇਗੀ, ਐਜ਼ ਯੂ ਨੋ ਈਅਰਸ ਵਿਲ ਫੋਲੋ। ਹਾਲੇ ਉਹ 3rd ਈਅਰ ਗ੍ਰੈਜੂਏਸ਼ਨ ਕਰ ਰਹੀ ਹੈ, ਬਟ ਵੈਰੀ ਪੈਸ਼ਨੇਟ ਗਰਲ, ਪੈਸ਼ਨੇਟ ਐਂਡ ਯੂ ਨੋ ਆਪਣੀ ਗੱਲਾਂ ਕਹਿਣ ਵਾਸਤੇ। ਅਤੇ ਨਾਲ ਸਭ ਤੋਂ ਜਿਹੜਾ ਗੱਲਾਂ ਦੇ ਵਿੱਚੋਂ ਡੋਮੀਨੇਟ ਕਰ ਰਿਹਾ ਸੀ ਉਹਦਾ ਇੱਕ ਸਵਾਲ ਕਿ ਦੂਸਰੀ ਜਨਰੇਸ਼ਨ ਨੂੰ ਮੈਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਹਿਪੋਕ੍ਰੇਸੀ ਬੜੀ ਹੈ ਉਹ ਕਹਿੰਦੀ ਇੰਡੀਅਨ ਕਮਿਊਨਿਟੀ ਦੇ ਵਿੱਚ, ਔਰ ਸਭ ਤੋਂ ਵੱਡਾ ਸਵਾਲ ਉਹਦਾ ਜਿਹੜਾ ਸੀਗਾ, ਜਿਹੜਾ ਸੀ ਅਸੀਂ ਇੱਥੇ ਇਕੱਠੇ ਬੈਠ ਕੇ ਤੁਹਾਡੇ ਨਾਲ ਰਲ ਕੇ ਗੱਲਾਂ ਕਰਨ ਲੱਗੇ ਸੀ, ਵਾਜ਼ ਕਿ ਪ੍ਰੀ ਮਰਾਈਟਲ ਸੈਕਸ ਕਿਉਂ ਨਹੀਂ ਕਰਨਾ ਚਾਹੀਦਾ, ਵਾਟ ਇਜ਼ ਦਾ ਪ੍ਰੋਬਲਮ। ਸੋ ਅਕੋਰਡਿੰਗ ਟੂ ਹਰ, ਮੈਨੂੰ ਹੁਣ ਲਾਸਟ ਮੂਮੈਂਟ 'ਤੇ ਉਹਦੇ ਪੇਰੈਂਟਸ ਨੇ ਮਨਾ ਕੀਤਾ ਉਹਨੂੰ ਕਿ ਉਹ ਇਸ ਟੋਪਿਕ ਦੇ ਉੱਤੇ ਯੂ ਨੋ ਇੱਥੇ ਨਾ ਆਏ, ਜਦਕਿ ਉਹਨੇ ਹੀ ਸੁਜੈਸਟ ਕੀਤਾ ਸੀ ਕਿ ਮੈਂ ਆਵਾਂਗੀ ਐਂਡ ਵੀ ਵਿਲ ਟੋਕ। ਬਟ ਮੈਂ ਸੋਚਿਆ ਕਿ ਮੇਰੇ ਕੋਲ ਜੋ ਜੋ ਉਹ ਕਹਿਣਾ ਚਾਹੁੰਦੀ ਉਹ ਸਾਰਾ ਕੁਛ ਹੈਗਾ, ਬਟ ਉਹਦੇ ਰਾਹੀਂ ਅਸੀਂ ਇਸ ਜਨਰੇਸ਼ਨਲ ਗੈਪ ਨੂੰ ਜ਼ਰੂਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਸੋ ਨਾਓ ਟੂਡੇ ਆਈ ਐਮ ਗੋਇੰਗ ਟੂ ਰਿਪ੍ਰਜੈਂਟ ਹਰ, ਉਹਦੀਆਂ ਸਾਰੀਆਂ ਗੱਲਾਂ ਜ਼ਰੂਰ ਕਹਾਂਗੇ। ਔਰ ਮੈਂ ਕਿਹਾ ਹੈ ਕਿ ਮੈਂ ਕਿਹਾ ਹੋ ਸਕਦਾ ਮੈਂ ਥੋੜ੍ਹੀ ਜਿਹੀ ਬਾਇਸਡ ਹੋਵਾਂ ਇੱਕ ਪਾਸੇ, ਕਿਉਂਕਿ ਮੈਂ ਦੂਸਰੀ ਜਨਰੇਸ਼ਨ ਦੀ ਹਾਂ, ਬਟ ਸਟਿਲ ਆਈ ਵਿਲ ਟਰਾਈ ਮਾਈ ਬੈਸਟ ਕਿ ਅਸੀਂ ਦੋਨੋਂ ਪਾਸੇ ਦੀਆਂ ਗੱਲਾਂ ਕਰੀਏ। ਔਰ ਜਿਨ੍ਹਾਂ ਨੂੰ ਦੁਬਾਰਾ ਰਿਪੀਟ ਕਰਾਂ ਕਿ ਜੋ ਉਹਦਾ ਸਵਾਲ ਹੈਗਾ ਕਿ ਜਿਹੜੇ ਪੇਰੈਂਟਸ ਨੇ ਉਹ ਸਾਨੂੰ ਕਹਿੰਦੀ ਹੈ ਕਿ ਬੱਚਿਆਂ ਨੂੰ ਤਿਆਰ ਨਹੀਂ ਕਰ ਰਹੇ, ਇਸ ਤਰ੍ਹਾਂ ਤਿਆਰ ਨਹੀਂ ਕਰ ਰਹੇ ਕਿਉਂਕਿ ਉਹ ਜਿਸ ਤਰ੍ਹਾਂ ਉਹ ਤਿਆਰ ਹੋਏ ਸੀ, ਆਪਣੇ ਪੇਰੈਂਟਸ ਨੇ ਤਿਆਰ ਕੀਤਾ ਸੀ, ਉਸੇ ਤਰ੍ਹਾਂ ਸਾਨੂੰ ਤਿਆਰ ਕਰਨਾ ਚਾਹ ਰਹੇ ਹੈ, ਜਦਕਿ ਵਰਲਡ ਡਿਫਰੈਂਟ ਹੋ ਚੁੱਕਾ ਹੈ, ਇਟਸ ਅ ਡਿਫਰੈਂਟ ਵਰਲਡ ਨਾਓ। ਜਿਵੇਂ ਕਹਿੰਦੇ ਨਾ ਦੁਨੀਆ ਵਾਸਤੇ ਤੁਸੀਂ ਪੇਰੈਂਟਸ ਕਹਿੰਦੇ ਆ ਵੀ ਅਸੀਂ ਦੁਨੀਆ 'ਚ ਵਿਚਰਨ ਵਾਸਤੇ ਬੱਚਿਆਂ ਨੂੰ ਤਿਆਰ ਕਰ ਰਹੇ ਹਾਂ, ਪਰ ਉਹਦਾ ਕਹਿਣਾ ਹੈ ਕਿ ਕਿਉਂਕਿ ਉਹ ਆਪਣੇ ਮੈਥਡਸ ਚੇਂਜ ਨਹੀਂ ਕਰ ਰਹੇ, ਵਰਲਡ ਬਦਲ ਚੁੱਕਾ ਹੈ, ਅਤੇ ਅਸੀਂ ਵੀ ਵਿਲ ਬੀ ਨੋ ਗੁੱਡ ਫੋਰ ਦਿਸ ਵਰਲਡ ਅਗਰ ਅਸੀਂ ਪੇਰੈਂਟਸ ਦੇ ਹਿਸਾਬ ਨਾਲ ਚੱਲੀਏ। ਸੋ ਉਹਦੀਆਂ ਕੁਛ ਕੰਜ਼ਰਵੇਸ਼ਨਸ ਹੈਗੀਆਂ, ਪ੍ਰੀ ਮਰਾਈਟਲ ਸੈਕਸ ਦੇ ਬਾਰੇ ਓਪਨਲੀ ਗੱਲ ਕਰਨਾ ਚਾਹੁੰਦੀ ਹੈ, ਲਿਵ ਇਨ ਰਿਲੇਸ਼ਨਸ਼ਿਪਸ 'ਤੇ ਪ੍ਰੀ ਮਰਾਈਟਲ ਸੈਕਸ, ਕਹਿੰਦੀ ਕਿ ਹੋ ਰਿਹਾ ਸਭ, ਯੂ ਨੋ ਇਹ ਅਸੀਂ ਬਚ ਨਹੀਂ ਸਕਦੇ ਕਿ ਅਸੀਂ ਆਪਸ ਵਿੱਚ ਗੱਲ ਨਾ ਕਰੀਏ ਉਹਦੇ ਬਾਰੇ। ਸੋ ਆਈ ਸੈਡ ਓਕੇ, ਯੂ ਨੋ ਕਹਿਣ ਦਾ ਭਾਵ ਹੈ ਜਿਹੜੇ ਥੋੜ੍ਹੇ ਜਿਹੇ ਇੰਗਲਿਸ਼ ਦੇ ਵਿੱਚ ਨਾ ਸਮਝਣ ਉਹਨਾਂ ਨੂੰ ਇਹ ਕਿ ਵਿਆਹ ਤੋਂ ਪਹਿਲੇ ਮੁੰਡਾ ਕੁੜੀ ਆਪਸ ਵਿੱਚ ਇਕੱਠੇ ਰਹਿਣ ਔਰ ਸੈਕਸ ਵੀ ਕਰਨ, ਇਸ ਚੀਜ਼ ਦੇ ਉਹ ਕਹਿੰਦੀ ਹੈ ਕਿ ਪੇਰੈਂਟਸ ਅਗੇਂਸਟ ਕਿਉਂ ਹੈ ਮੈਨੂੰ ਦੱਸਣ। ਸੋ ਆਈ ਨੋ ਅਸੀਂ ਸਾਰੇ ਇਕਦਮ ਥੋਟ 'ਤੇ ਆਉਂਦੀ ਹੈ ਕਿ ਬੜਾ ਓਬਵੀਅਸ ਆਨਸਰ ਹੈ ਕਿ ਹਾਂ ਅਸੀਂ ਨਹੀਂ ਅਪਰੂਵ ਕਰਦੇ ਇਸ ਚੀਜ਼ ਨੂੰ, ਬਟ ਦੈਨ ਉਹਦੀਆਂ ਦਲੀਲਾਂ ਔਰ ਉਹਦੀ ਉਹ ਮੈਂ ਜ਼ਰੂਰ ਤੁਹਾਡੇ ਸਾਹਮਣੇ ਰੱਖਾਂਗੀ, ਅਤੇ ਤੁਸੀਂ ਪਲੀਜ਼ ਜ਼ਰੂਰ ਕਾਲ ਕਰਕੇ ਦੱਸੋ ਕਿ ਤੁਹਾਡਾ ਕੀ ਵਿਚਾਰ ਹੈ, ਯੂ ਨੋ ਕਿਉਂ ਨਹੀਂ ਹੋਣਾ ਚਾਹੀਦਾ ਹੈ, ਔਰ ਕਿਸ ਤਰ੍ਹਾਂ ਸਾਡੀਆਂ ਜਿਹੜੀਆਂ ਵੈਲਿਊਜ਼ ਐਂਡ ਮੋਰਲਸ, ਜਿੱਦਾਂ ਅਸੀਂ ਇੰਨਾ ਅਸੀਂ ਵੀ ਟੇਕ ਪ੍ਰਾਈਡ ਇਨ ਦੈਟ ਕਿ ਸਾਡੀ ਟ੍ਰੈਡੀਸ਼ਨਲ ਵੈਲਿਊਜ਼, ਸਾਡੀ ਕਲਚਰਲ ਵੈਲਿਊਜ਼, ਸਾਡੀ ਮੋਰੈਲਿਟੀ ਜਿਹੜੀ ਹੈ
ਉਹ ਅਸੀਂ ਉਹਦੇ ਅਰਾਊਂਡ ਕਰਦੇ ਹਾਂ ਸਾਡੀ ਰਿਲੀਜੀਅਸ ਵੈਲਿਊਜ਼। ਸੋ ਇਹ ਸਾਰੀਆਂ ਚੀਜ਼ਾਂ ਯੂ ਨੋ ਉਹ ਇੱਕਦਮ ਜਿਹੜੇ ਯੰਗ ਜਨਰੇਸ਼ਨ ਹੈ ਕਈ ਵਾਰੀ, ਪਰ ਉਹ ਮਤਲਬ ਆਈ ਵਿਸ਼ ਕਿ ਉਹ ਇੱਥੇ ਹੁੰਦੀ, ਬਟ ਆਈ ਟੋਟਲੀ ਅੰਡਰਸਟੈਂਡ ਐਂਡ ਐਪਰੀਸ਼ੀਏਟ ਕਿ ਉਹਦੇ ਪੇਰੈਂਟਸ ਨੇ ਨਹੀਂ ਉਹ ਅਲਾਓ ਕੀਤਾ, ਕਿਉਂਕਿ ਉਹੀ ਕਿ ਉਹ ਸਿਰਫ ਆਪਣੇ ਵਿਚਾਰ ਹੀ ਨਹੀਂ ਇੱਕ ਐਜੂਕੇਸ਼ਨਿਸਟ ਦੇ ਹਿਸਾਬ ਵੀ ਡਿਸਕਸ ਕਰਨਾ ਚਾਹੁੰਦੀ ਸੀ, ਕਿਉਂਕਿ ਜਿਵੇਂ ਮੈਂ ਪਹਿਲੇ ਦੱਸਿਆ ਤੁਹਾਨੂੰ ਕਿ ਉਹਦੇ ਯੂ ਨੋ ਕਹਿੰਦੀ ਹੈ ਕਿ ਡੈਨੀਅਲ ਗਿਲਬਰਟ ਜਿਹੜੇ ਇੱਕ ਸੋਸ਼ਲ ਸਾਈਕੋਲੋਜਿਸਟ ਹੈਗੇ ਨੇ ਉਹ ਉਹਦੇ ਬੜੇ ਇੱਕ ਤਰ੍ਹਾਂ ਨਾਲ ਰੋਲ ਮਾਡਲ ਨੇ। ਉਹ ਕਹਿੰਦੀ ਕਿ ਹੀ ਇਜ਼ ਬਿਗ ਔਨ ਹੈਪੀਨੈਸ, ਉਹ ਜਿਹੜੇ ਹੈਗੇ ਹੈ ਉਹ ਬਹੁਤ ਖੁਸ਼ ਰਹਿਣਾ, ਖੁਸ਼ੀ ਦੇ ਉੱਤੇ ਉਹਨਾਂ ਨੇ ਬੜੀਆਂ ਟੌਕਸ ਦਿੱਤੀਆਂ ਹੋਈਆਂ, ਅਤੇ ਉਹਦਾ ਕਹਿਣਾ ਕਿ ਇਹ ਵੀ ਇੱਕ ਖੁਸ਼ੀ ਖੁਸ਼ ਰਹਿਣ ਦਾ ਤਰੀਕਾ ਹੈ ਕਿ ਅਸੀਂ ਕੰਫਰਟੇਬਲ ਹੋਈਏ ਆਪਣੇ ਪਾਰਟਨਰ ਨਾਲ। ਬਈ ਇੰਡੀਅਨ ਪੇਰੈਂਟਸ ਚਾਹੁੰਦੇ ਜ਼ਰੂਰ ਹੈ ਕਿ ਸਾਡੇ ਬੱਚਿਆਂ ਦਾ ਪਾਰਟਨਰ ਹੋਏ ਉਹ ਯੂ ਨੋ, ਪਰ ਉਹਨੂੰ ਪਰਖਣ ਵਾਸਤੇ ਉਹ ਉਹ ਸਟੈਪ ਨਹੀਂ ਲੈਣਾ ਦੇਣਾ ਚਾਹੁੰਦੇ ਕਿ ਹਾਂ ਤੁਸੀਂ ਉਹਨਾਂ ਨੂੰ ਜਾਣ ਪਛਾਣ ਕਰੋ, ਡੇਟ ਕਰੋ, ਜਾਂ ਯੂ ਨੋ ਸ਼ੀ ਗੋਜ਼ ਟੂ ਐਨ ਐਕਸਟੈਂਡ ਕਿ ਵਾਈ ਨੋਟ ਲਿਵ ਟੂਗੈਦਰ ਐਂਡ ਹੈਵ ਮੈਰਿਜ ਤੋਂ ਪਹਿਲੇ ਸੈਕਸ। ਸੋ ਜ਼ਰੂਰ ਗੱਲ ਕਰੀਏ, ਹੋਰ ਥੋੜ੍ਹੀ ਜਿਹੀ ਇਸ ਕੁੜੀ ਬਾਰੇ ਜ਼ਰੂਰ ਗੱਲ ਦੱਸਾਂਗੀ ਤਾਂ ਕਿ ਸਮਝ ਆਏ ਕਿ ਕੀ ਕਹਿਣਾ ਚਾਹ ਰਹੀ ਹੈ, ਕਿਸ ਭੂਮਿਕਾ ਨਾਲ ਇਹ ਗੱਲ ਕਰ ਰਹੀ ਹੈ। ਕਹਿੰਦੀ ਕਿ ਉਹਦੇ ਕਜ਼ਨਸ ਦੇ ਵਿੱਚ ਇੱਕ ਉਹਦੀ ਕਜ਼ਨ ਸਿਸਟਰ ਹੈਗੀ ਹੈ ਜਿਹੜੀ ਉਸ ਤੋਂ 13-14 ਸਾਲ ਵੱਡੀ ਹੈ, ਐਂਡ ਕਹਿੰਦੀ ਉਹਨੂੰ ਯਾਦ ਹੈ, ਇਹਨੂੰ ਯਾਦ ਹੈ, ਇਹ ਹੁਣ ਲਾਈਕ 19-20 ਸਾਲਾਂ ਦੀ ਹੋਏਗੀ। ਸੋ ਸ਼ੀ ਸੇਜ਼ ਕਿ ਮੈਨੂੰ ਯਾਦ ਹੈ ਕਿ ਜਦੋਂ ਦੀਦੀ ਬਹੁਤ ਪਸੰਦ ਕਰਦੇ ਸੀ ਕਿਸੇ ਨੂੰ ਔਰ ਉਹਨਾਂ ਨਾਲ ਬਹੁਤ ਅੱਛਾ ਰਿਲੇਸ਼ਨਸ਼ਿਪ ਸੀ ਇਹਨਾਂ ਦਾ ਇਹਦੇ ਹਿਸਾਬ ਨਾਲ, ਪਰ ਪੇਰੈਂਟਸ ਬਹੁਤ ਅਗੇਂਸਟ ਸੀਗੇ, ਫਿਰ ਕਾਫੀ ਯੂ ਨੋ 2-3 ਸਾਲ ਇਸ ਤਰ੍ਹਾਂ ਕਾਫੀ ਅਨਰੈਸਟ ਰਿਹਾ ਸਾਰੀ ਫੈਮਲੀਜ਼ ਦੇ ਵਿੱਚ, ਬਹੁਤ ਕਲੋਜ਼ ਫੈਮਲੀਜ਼ ਹੈਗੀਆਂ ਹੈ। ਅਤੇ ਉਸ ਤੋਂ ਬਾਅਦ ਹੁਣ ਉਹ 33 ਈਅਰਸ ਦੀ ਹੋ ਗਈ, ਉਹ ਚਾਹੁੰਦੀ ਹੈ ਕਿ ਸ਼ਾਦੀ ਕਰੇ, ਕਿ ਵਿਆਹ ਹੋਏ ਉਹਦਾ, ਪਰ ਉਹਨੂੰ ਕੋਈ ਨਈ ਸੈਟਿੰਗ ਠੀਕ ਬੈਠ ਰਹੀ, ਕਿੰਨੀ ਵਾਰੀ ਦੇਖ ਚੁੱਕੇ ਹੈ। ਪਰ ਇਹਦਾ ਕਹਿਣਾ ਹੈ ਕਿ ਇਹ ਪੇਰੈਂਟਸ ਦਾ ਕਸੂਰ ਹੈ, ਕਿਉਂਕਿ ਪਹਿਲੇ ਉਹਨੂੰ ਇਹ ਕਰਦੇ ਰਹੇ ਕਿ ਤੂੰ ਕਿਸੇ ਨਾਲ ਕਿਉਂ ਖੁੱਲ੍ਹ ਕੇ ਗੱਲ ਕਰ ਰਹੀ ਹੈ, ਤੂੰ ਕਿਉਂ ਕਿਸੇ ਨਾਲ ਜ਼ਿਆਦਾ ਮਿਲ ਰਹੀ ਹੈ, ਪਹਿਲੇ ਉਹਨੂੰ ਇਹ ਕਰਦੇ ਰਹੇ, ਅਤੇ ਹੁਣ ਉਹ ਚਾਹੁੰਦੇ ਨੇ ਕਿ ਉਹ ਯੂ ਨੋ ਵਿਆਹ ਕਰੇ, ਜਿਹੜਾ ਉਹਨੂੰ ਪਸੰਦ ਸੀ ਉਹ ਇਹਨਾਂ ਨੇ ਕਰਨ ਨਹੀਂ ਦਿੱਤਾ, ਅਤੇ ਹੁਣ ਉਹ ਚਾਹੁੰਦੀ ਹੈ ਵਿਆਹ ਕਰਨਾ, ਪਰ ਉਹਦੀ ਕਿਸੇ ਨਾਲ ਜਦੋਂ ਵੀ ਮਿਲਦੀ ਹੈ ਤਾਂ ਉਹ ਸੈਟਿੰਗ ਨਹੀਂ ਬੈਠਦੀ, ਬਿਕੋਜ਼ ਯੂ ਨੋ ਉਹਦੇ ਮਨ ਵਿੱਚ ਇੰਨਾ ਕੁਛ ਬੈਠ ਗਿਆ। ਸੋ ਇਨ ਅ ਵੇ ਉਹ, ਕਿਉਂਕਿ ਉਹਨਾਂ ਦਾ ਵਿਆਹ ਹਾਲੇ ਨਹੀਂ ਹੋਇਆ, ਇਹ ਆਪਣੇ ਪੇਰੈਂਟਸ ਔਰ ਪੇਰੈਂਟਸ ਦੀ ਜਨਰੇਸ਼ਨ ਜਿਹੜੇ ਆਪਣੀ ਕਜ਼ਨ ਦੇ ਪੇਰੈਂਟਸ ਹੈ ਉਹਨਾਂ ਨੂੰ ਇਲਜ਼ਾਮ ਦੇ ਰਹੇ ਹੈ, ਉਹਨਾਂ ਨੂੰ ਲੱਗਦਾ ਕਿ ਉਸ ਕਰਕੇ ਹੋ ਰਿਹਾ। ਨਾਲ ਹੀ ਇਹ ਵੀ ਕਹਿ ਰਹੇ ਹੈ ਕਿ ਕਹਿੰਦੇ ਕਿ ਇੱਕ ਸਾਡਾ ਕਜ਼ਨ ਬ੍ਰਦਰ ਹੈ, ਉਹ ਸਾਡੇ ਸਾਰਿਆਂ ਨੂੰ ਪਤਾ ਹੈ ਕਿ ਉਹ ਕਾਫੀ ਯੰਗਰ ਏਜ ਤੋਂ ਹੀ ਇਜ਼ ਸਲੀਪਿੰਗ ਵਿਦ ਗਰਲਸ, ਯੂ ਨੋ ਉਹ ਓਬਵੀਅਸ ਜਿਹਾ ਸੀਗਾ, ਇਹ ਨਹੀਂ ਕਿ ਵੱਡਿਆਂ ਨੂੰ ਨਹੀਂ ਪਤਾ ਸੀ, ਸਾਨੂੰ ਕਜ਼ਨਸ ਨੂੰ ਕੁੜੀਆਂ ਮੁੰਡਿਆਂ ਨੂੰ ਤਾਂ ਪਤਾ ਹੀ ਸੀ, ਬਟ ਵੱਡਿਆਂ ਨੂੰ ਵੀ ਪਤਾ ਸੀ, ਪਰ ਉਹ ਇਗਨੋਰ ਕਰਦੇ ਸੀ। ਹੁਣ ਤਾਂ ਇਹ ਵੀ ਹੈਗਾ ਕਿ ਉਹਨੇ ਜਿਸ ਤਰ੍ਹਾਂ ਹੀ ਉਹਦੀ ਜੋਬ ਵਗੈਰਾ ਲੱਗ ਗਈ ਹੈ ਉਹ ਲਿਵ ਇਨ ਕਰ ਰਿਹਾ ਇੱਕ ਗੋਰੀ ਦੇ ਨਾਲ ਜਾ ਕੇ ਰਹਿ ਰਿਹਾ, ਐਂਡ ਸ਼ੀ ਸੇਜ਼ ਕਿ ਮੈਂ ਬਹੁਤ ਹੈਰਾਨ ਹੁੰਦੀ ਹਾਂ ਕਿ ਉਹਦੇ ਮਦਰ ਸਿੱਧਾ ਕਹਿੰਦੇ ਹੈ ਕਿ ਚੱਲ ਆਪਣਾ ਯੂ ਨੋ ਸ਼ੌਂਕ ਪੂਰਾ ਕਰ ਲੈ, ਵਿਆਹ ਇਹਨੇ ਆਪਣੀ ਕਮਿਊਨਿਟੀ 'ਚੋਂ ਹੀ ਕਰਨਾ, ਪਰ ਰਹਿ ਰਿਹਾ ਕਿਸੇ ਨਾਲ। ਸੋ ਕਹਿੰਦੀ ਕਿ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇਹ ਹਿਪੋਕ੍ਰੇਸੀ ਕਿਵੇਂ ਹੈ, ਕਿਉਂਕਿ ਮੁੰਡਿਆਂ ਵਾਸਤੇ ਇਹ ਚੀਜ਼ ਓਕੇ ਹੈ, ਪਰ ਮੁੰਡੇ ਘਰ ਮੋਸਟਲੀ ਤਾਂ ਕੁੜੀਆਂ ਨਾਲ ਹੀ ਰਹੇ ਹੈ, ਉਹ ਕੁੜੀਆਂ ਕਿੱਥੋਂ ਆ ਰਹੀਆਂ। ਸੋ ਆਪਣੀਆਂ ਕੁੜੀਆਂ ਨਹੀਂ, ਪਰ ਸਾਡੇ ਮੁੰਡੇ ਜਾ ਕੇ ਕਿਸੇ ਹੋਰ ਨਾਲ ਬੇਸ਼ੱਕ ਯੂ ਨੋ ਦੇ ਕੈਨ ਸਲੀਪ। ਸੋ ਸ਼ੀ ਇਜ਼ ਰੀਅਲੀ ਉਹੀ ਮੈਂ ਕਹਿ ਰਹੀ ਹਾਂ ਕਿ ਯੂ ਨੋ ਉਹਦੀਆਂ ਗੱਲਾਂ ਮੈਂ ਮੇਰੇ ਰਾਹੀਂ ਤੁਸੀਂ ਸੁਣੋਗੇ ਤਾਂ ਸ਼ਾਇਦ ਡਿਫਰੈਂਟ ਵੀ ਲੱਗਣ, ਬਟ ਮੈਂ ਕੋਸ਼ਿਸ਼ ਕਰਾਂਗੀ ਕਿ ਉਹਦੀਆਂ ਸਾਰੀਆਂ ਜਿਹੜੀਆਂ ਵਾਟ ਸ਼ੀ ਵਾਂਟਡ ਟੂ ਸ਼ੇਅਰ ਵਿਦ ਯੂ ਉਹ ਜ਼ਰੂਰ ਮੈਂ ਦੱਸਾਂ। ਅਤੇ ਬਾਕੀ ਜ਼ਰੂਰ ਅੱਜ ਇਹ ਜ਼ਰੂਰ ਦੱਸੋ ਇਸ ਕੁੜੀ ਨੂੰ ਕਿ ਯੂ ਨੋ ਸ਼ਾਬਾਸ਼ੀ ਹੈ ਕਿ ਉਹਨੂੰ ਪਤਾ ਹੈ ਉਹ ਕੀ ਕਰਨਾ ਚਾਹੁੰਦੀ ਹੈ, ਉਹ ਸੋਸ਼ਲ ਸਾਈਕੋਲੋਜੀ ਕਰਨਾ ਚਾਹੁੰਦੀ ਹੈ, ਜਿਹਦੇ ਵਿੱਚ ਸ਼ਾਇਦ ਸਾਰਿਆਂ ਨੂੰ ਪਤਾ ਹੋਏ ਕਿ ਇੱਕ ਸੁਸਾਇਟੀ ਦੀ ਸਾਈਕੋਲੋਜੀ, ਇੱਕ ਮੈਸ ਦੀ, ਗਰੁੱਪ ਦੀ, ਕਲਚਰ ਦੀ ਸਾਈਕੋਲੋਜੀ ਪੜ੍ਹੀ ਜਾਂਦੀ ਹੈ ਐਂਡ ਰਿਸਰਚ ਕੀਤੀ ਜਾਂਦੀ ਹੈ ਕਿ ਪੀਪਲ ਜਦੋਂ ਇਸ ਤਰ੍ਹਾਂ ਸੋਚਦੇ ਨੇ ਤਾਂ ਕਿਉਂ ਸੋਚਦੇ ਨੇ ਐਂਡ ਓਵਰ ਦਾ ਟਾਈਮ ਹਿਸਟੋਰੀਕਲੀ ਤੁਸੀਂ ਕਿਸ ਤਰ੍ਹਾਂ ਸਾਈਕੋਲੋਜੀ ਬਦਲਦੀ ਹੈ, ਕਿਉਂਕਿ ਕਲਚਰਸ ਬਦਲਦੇ ਹੈ, ਕਿਉਂਕਿ ਤੌਰ ਤਰੀਕੇ ਬਦਲਦੇ ਹੈ। ਸੋ ਉਸ ਤਰ੍ਹਾਂ ਦੀ ਚੀਜ਼ ਹੈ ਪੜ੍ਹਨਾ ਚਾਹੁੰਦੀ ਹੈ ਅਤੇ ਕਾਫੀ ਕੀਨ ਹੈਗੀ ਹੈ ਕਿ ਸਾਰੇ ਆਪਣੇ ਜਿਹੜੇ ਗੱਲਬਾਤ ਦੇ ਵਿਊਅਰਸ ਹੈ ਉਹਨੂੰ ਵੀ ਪਤਾ ਹੈ ਕਿ ਇਸ ਵੇਲੇ ਜਿਹੜੇ ਅਸੀਂ ਬੈਠਦੇ ਹਾਂ ਅਸੀਂ ਥੋੜ੍ਹੀ ਡਿਫਰੈਂਟ ਜਨਰੇਸ਼ਨ ਦੇ ਬੰਦੇ
ਇਕੱਠੇ ਹੋ ਕੇ ਬੈਠਦੇ ਹਾਂ ਔਰ ਹੋ ਸਕਦਾ ਸਾਡਾ ਵਿਊ ਇੱਕ ਦੂਸਰੇ ਪਾਸੇ ਹੋਏ ਸੋ ਪਰ ਕਹਿੰਦੇ ਕੀ ਹੋ ਜੇ ਅਸੀਂ ਕਹਿੰਦੇ ਹਾਂ ਕਿ ਨਹੀਂ ਠੀਕ ਯੂ ਨੋ ਮੈਰਿਜ ਹੈ ਜਿਸ ਤਰ੍ਹਾਂ ਮੈਂ ਇੱਕ ਸ਼ੁਰੂਆਤ ਕਰਦਾ ਕਿ ਯੂ ਨੋ ਇੱਕ ਬੜੀ ਸੀਕ੍ਰੇਟ ਜੀ ਸਾਨੂੰ ਜੋ ਸਾਡੇ ਵਿਸ਼ਵਾਸ ਹੈਗੇ ਹੈ ਔਰ ਬੜੇ ਡੀਪ ਰੂਟਿਡ ਹੈ ਯੂ ਨੋ ਜਿਵੇਂ ਅਸੀਂ ਕਹਿੰਦੇ ਹਾਂ ਕਿ ਸਾਡੀਆਂ ਜਿਹੜੀਆਂ ਬਿਲੀਫ ਸਿਸਟਮਸ ਹੈ ਸਾਡੇ ਜਿਹੜੇ ਮੰਨਦੇ ਹਾਂ ਜਿਹੜੀਆਂ ਚੀਜ਼ਾਂ ਅਸੀਂ ਉਹ ਮੋਰੈਲਿਟੀ ਵੈਲਿਊਜ਼ ਉਹ ਬੜੀਆਂ ਡੀਪ ਰੂਟਿਡ ਹੁੰਦੀਆਂ ਉਹ ਜਨਰੇਸ਼ਨ ਤੋਂ ਜਨੈਟਿਕਲੀ ਵੀ ਕਲਚਰਲੀ ਸਿੱਖਣ ਨਾਲ ਵੀ ਐਟਮੋਸਫੇਅਰ ਦੇ ਨਾਲ ਸਾਨੂੰ ਅੰਦਰ ਜਿਵੇਂ ਕਹਿੰਦੇ ਨਾ ਵਸੀਆਂ ਹੁੰਦੀਆਂ ਸਾਡੇ ਸੋ ਅਸੀਂ ਸੋਚਦੇ ਹਾਂ ਕਿ ਨਹੀਂ ਇਹ ਬੜੀ ਸੀਕ੍ਰੇਟ ਜੀ ਚੀਜ਼ ਹੈ ਇਹ ਬੜੀ ਪਾਇਸ ਚੀਜ਼ ਹੈ ਇਹ ਤੁਸੀਂ ਵਿਆਹ ਦਾ ਇੱਕ ਕਹਿੰਦੇ ਨਾ ਰੱਬ ਦਾ ਨਾਮ ਲੈ ਕੇ ਇੱਕ ਵਾਰੀ ਕਮਿਟਮੈਂਟ ਕਰਕੇ ਫਿਰ ਤੁਸੀਂ ਉੱਥੇ ਪਹੁੰਚਦੇ ਹੋ ਸੋ ਇਹ ਇੰਟੀਮੇਟ ਇੱਕ ਐਕਸਪ੍ਰੈਸ਼ਨ ਹੈਗਾ ਲਵ ਦਾ ਇੱਕ ਪਿਆਰ ਦਾ ਐਕਸਪ੍ਰੈਸ਼ਨ ਹੈ ਪਰ ਮੈਨੂੰ ਇਹ ਲੱਗਦਾ ਕਿ ਇਹ ਤਰੀਕਾ ਮੀਨਸ ਨਹੀਂ ਹੋਣਾ ਚਾਹੀਦਾ ਕਿ ਹਾਂ ਪਿਆਰ ਨੂੰ ਪਹੁੰਚਣ ਵਾਸਤੇ ਪਿਆਰ ਨੂੰ ਲੱਭਣ ਵਾਸਤੇ ਪਹਿਲੇ ਇੱਥੋਂ ਲੰਘ ਕੇ ਫਿਰ ਜਾਣਾ ਪਏ ਯੂ ਨੋ ਵਟ ਆਈ ਮੀਨ ਸੋ ਸਾਡੀ ਮੈਨੂੰ ਐਟਲੀਸਟ ਇਹ ਲੱਗਦਾ ਕਿ ਹਾਂ ਨਹੀਂ ਇਹਦਾ ਇੱਕ ਇੰਨਾ ਜਿਹੜਾ ਦਰਜਾ ਅਸੀਂ ਰੱਖਿਆ ਹੋਇਆ ਹੈ ਕਿ ਕਿਸੇ ਸਪੈਸ਼ਲ ਨਾਲ ਹੀ ਕਰਨਾ ਹੈ ਸਪੈਸ਼ਲ ਵਿਆਹ ਕਰਨ ਤੋਂ ਬਾਅਦ ਹੀ ਕਰਨਾ ਹੈ ਉਹ ਇਸ ਚੀਜ਼ ਨੂੰ ਇੱਕ ਪਵਿੱਤਰ ਇੱਕ ਮਹਾਨ ਜੀ ਚੀਜ਼ ਬਣਾ ਦਿੰਦਾ ਇੱਕ ਬਿਊਟੀਫੁਲ ਚੀਜ਼ ਇੱਕ ਰੋਮਾਂਟਿਕ ਬਿਊਟੀਫੁਲ ਬਣਾ ਦਿੰਦਾ ਪਰ ਅਗਰ ਤੁਸੀਂ ਜਿਸ ਤਰ੍ਹਾਂ ਬੱਚੇ ਕਹਿ ਰਹੇ ਹੈ ਜਾਂ ਕਹੇਗਾ ਕਿ ਹਾਂ ਅੱਜ ਕੱਲ੍ਹ ਕਲਚਰ 'ਚ ਹੋ ਰਿਹਾ ਪਰ ਅਸੀਂ ਕਿਉਂ ਅਸੀਂ ਮਨਾ ਕਰਦੇ ਹਾਂ ਕਿ ਉਹਨੂੰ ਉੱਥੇ ਹੀ ਰੱਖੋ ਜਿੱਥੇ ਉਹ ਖੂਬਸੂਰਤੀ ਨਾਲ ਲੱਗਦਾ ਹੈ ਸੋ ਅਗਰ ਪਾਰਟਨਰਸ ਜ਼ਿਆਦਾ ਜਾਂ ਵੈਡਿੰਗ ਤੋਂ ਪਹਿਲੇ ਮੈਰਿਜ ਤੋਂ ਪਹਿਲੇ ਹੁੰਦਾ ਹੈ ਤਾਂ ਇੰਝ ਲੱਗਦਾ ਕਿ ਇਹ ਆਮ ਜੀ ਗੱਲ ਹੋ ਜਾਏਗੀ ਫਿਰ ਕੀ ਫਰਕ ਰਹਿ ਗਿਆ ਯੂ ਨੋ ਉਸ ਤਰ੍ਹਾਂ ਇੱਕ ਬੇਸਿਕ ਚੀਜ਼ ਸਾਨੂੰ ਲੱਗਦੀ ਹੈ ਬਟ ਉਹ ਕੁੜੀ ਦੇ ਹਿਸਾਬ ਨਾਲ ਔਰ ਉਸ ਕੁੜੀ ਦੇ ਹੋਰ ਸ਼ਾਇਦ ਬੜੇ ਸਾਰੇ ਯੂ ਨੋ ਉਹਦੇ ਯੰਗਸਟਰਸ ਜਿਹੜੇ ਉਹਦੇ ਰਾਹੀਂ ਸਾਨੂੰ ਜੋ ਕਹਿ ਰਹੇ ਨੇ ਕਿ ਅਸੀਂ ਜਾਣੇ ਬਿਨਾਂ ਨਹੀਂ ਪਰ ਜਦੋਂ ਅਸੀਂ ਜਾਣਨਾ ਚਾਹੁੰਦੇ ਹਾਂ ਕੁਛ ਦੇਰ ਇਕੱਠਾ ਰਹਿਣਾ ਚਾਹੁੰਦੇ ਹਾਂ ਤਾਂ ਕਿ ਇਹ ਨਾ ਹੋਏ ਕਿ ਅਸੀਂ ਜਿਸ ਤਰ੍ਹਾਂ ਡਿਵੋਰਸ ਰੇਟਸ ਇੰਨੇ ਵੱਧ ਗਏ ਕਿ ਹਾਂ ਵਿਆਹ ਕੀਤਾ ਅਤੇ ਵਿਆਹ ਇੱਕ ਮਤਲਬ ਇੰਨੀ ਜ਼ਿਆਦਾ ਅਹਿਮੀਅਤ ਵਿਆਹ ਦੀ ਨਹੀਂ ਰਹੀ ਅਤੇ ਤੁਸੀਂ ਇੰਨਾ ਜ਼ੋਰ ਕਿਉਂ ਪਾ ਰਹੇ ਹੋ ਸੋ ਪਲੀਜ਼ ਜ਼ਰੂਰ ਕਾਲ ਕਰੋ ਆਈ ਨੋ ਕਿ ਕਈ ਬੜੇ ਸੈਂਸਿਟਿਵ ਟੋਪਿਕਸ ਹੁੰਦੇ ਹੈ ਔਖੇ ਹੁੰਦੇ ਹੈ ਮੈਨੂੰ ਵੀ ਲੱਗਿਆ ਜਦੋਂ ਉਹਨੇ ਰਿਫਿਊਜ਼ ਕਰਤਾ 2 ਘੰਟੇ ਪਹਿਲੇ ਕਿ ਮੈਂ ਨਹੀਂ ਆ ਰਹੀ ਆਈ ਵਾਜ਼ ਲਾਈਕ ਹਾਊ ਮੈਂ ਗੋਇੰਗ ਟੂ ਡੂ ਇਟ ਮੈਂ ਇਕੱਲੇ ਉਹਦੀ ਵੀ ਗੱਲ ਤੁਹਾਡੇ ਸਾਰਿਆਂ ਦੀ ਗੱਲ ਔਰ ਸ਼ਾਇਦ ਮੇਰਾ ਬਾਇਸ ਥੋੜ੍ਹਾ ਇੱਕ ਪਾਸੇ ਹੋਏ ਸੋ ਮੈਂ ਕਿਸ ਤਰ੍ਹਾਂ ਕਰਾਂਗੀ ਬਟ ਆਈ ਸੈਡ ਕਿ ਓਕੇ ਦੈਟਸ ਵਾਟ ਯੂ ਹੈਵ ਚੋਜ਼ਨ ਮੀ ਟੂ ਬੀ ਤੁਸੀਂ ਮੈਨੂੰ ਚੂਜ਼ ਕੀਤਾ ਕਿ ਮੈਂ ਇੱਥੇ ਬੈਠ ਕੇ ਇਹ ਕੰਮ ਕਰਨਾ ਅਤੇ ਓਕੇ ਰੱਬ ਸਾਥ ਦੇਗਾ ਤੁਸੀਂ ਸਾਰੇ ਸਾਥ ਦੋਗੇ ਅਤੇ ਗੱਲ ਜ਼ਰੂਰ ਹੋ ਜਾਏਗੀ ਸੋ ਇਹ ਗੱਲ ਤਾਂ ਮੈਂ ਉਹਦੀ ਮੰਨਦੀ ਹਾਂ ਕਿ ਗੱਲ ਹੋਣੀ ਜ਼ਰੂਰੀ ਹੈ ਕੋਈ ਵੀ ਚੀਜ਼ ਜਿਹਦੇ ਬਾਰੇ ਅਸੀਂ ਟੈਬੂ ਹੈ ਸਟਿਗਮਾ ਹੈ ਗੱਲ ਘੱਟ ਹੁੰਦੀ ਹੈ ਉਹਦਾ ਕੋਈ ਖਾਸ ਫਾਇਦਾ ਨਹੀਂ ਹੈ ਗੱਲ ਹੋਣੀ ਜ਼ਰੂਰੀ ਹੈ ਸੋ ਜ਼ਰੂਰ ਕਾਲ ਕਰੋ ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਸਾਰਿਆਂ ਦਾ ਫਿਰ ਸਵਾਗਤ ਹੈ ਹੋਪਫੁਲੀ ਮੈਂ ਇਕੱਲੇ ਹੀ ਨਹੀਂ ਉਹਦੀ ਗੱਲ ਅਤੇ ਤੁਹਾਡੇ ਸਾਰਿਆਂ ਦੀ ਗੱਲ ਯੂ ਨੋ ਸ਼ੇਅਰ ਕਰਦੀ ਰਹਾਂਗੀ ਐਂਡ ਤੁਸੀਂ ਜ਼ਰੂਰ ਕਾਲ ਕਰੋਗੇ ਲੈਟ ਮੀ ਸੀ ਕੀ ਕਹਿ ਰਹੇ ਨੇ ਸਾਰੇ ਹੈਲੋ ਹੈਲੋ ਨਮਸਕਾਰ ਅਰਵਿੰਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੁਦਰਸ਼ਨ ਜੀ ਐਂਡ ਥੈਂਕ ਯੂ ਸੋ ਮਚ ਫੋਰ ਕਾਲਿੰਗ ਮੈਂ 3 ਵਜੇ ਉੱਠ ਬੈਠੀ ਰਹਿੰਦੀ ਹਾਂ ਕਿ ਅੱਜ ਅਰਵਿੰਦ ਜੀ ਨੇ ਆਉਣਾ ਅਤੇ ਮੈਂ ਕਿਤੇ ਨਹੀਂ ਜਾਣਾ ਸਾਰੇ ਕੰਮ ਪਹਿਲੇ ਕਰ ਲੈਣੇ ਆ ਥੈਂਕ ਯੂ ਸੋ ਮਚ ਔਰ ਖਾਸ ਤੌਰ ਤੇ ਇਹੋ ਜਿਹੇ ਟੌਪਿਕਸ ਜਿਹੜੇ ਥੋੜੇ ਜਿਹੇ ਮੁਸ਼ਕਿਲ ਨੇ ਇਹ ਮੁਸ਼ਕਿਲ ਤੇ ਹੈ ਨਾ ਬੜਾ ਪਰ ਜ਼ਰੂਰੀ ਹੈ ਕਿ ਗੱਲ ਕਰੀਏ ਔਰ ਮੁਸ਼ਕਿਲ ਵੀ ਹੈ ਜੀ ਪਰ ਮੈਂ ਜੋ ਗੱਲ ਕਰਾਂਗੀ ਮੇਰੇ ਵਾਸਤੇ ਤੇ 3rd generation ਹੈ ਹਾਂਜੀ ਜਿਹੜੀ ਸੋਚ ਰਹੀ ਹੈ ਹਾਂਜੀ ਇਹ 3rd generation ਹੈ ਪਰ ਸਵਾਲ ਇਹ ਵੇ ਕਿ ਤੁਸੀਂ ਅਗਰ ਬੱਚੇ ਸਾਹਮਣੇ ਹੁੰਦੀ ਤੇ ਮੈਂ ਉਹਨਾਂ ਜ਼ਰੂਰ ਗੱਲ ਕਰਦੀ ਪਰ ਵਿਸ਼ ਕਿਉਂ ਹੈ ਹੀ ਨਹੀਂ ਸੁਣ ਰਹੀ ਹੈ ਜੀ ਸੁਣ ਰਹੀ ਹੈ ਅੱਛਾ ਸੁਣ ਰਹੀ ਹੈ ਤੇ ਠੀਕ ਹੈ ਜੋ ਸਾਡੇ ਸਮਾਜਿਕ ਜੋ ਵੀ ਸਾਡੇ ਪਹਿਲੇ ਜੋ ਬਣਾਈ ਹੋਈਆਂ ਚੀਜ਼ਾਂ ਸਨ ਬਹੁਤ ਅੱਛੀਆਂ ਸਨ ਉਹ ਇੱਕ ਬੜੀ ਪਵਿੱਤਰ ਚੀਜ਼ ਹੁੰਦੀ ਹੈ ਤੁਸੀਂ ਕਿਸੇ ਨੂੰ ਕਿਸੇ ਦੇ ਨਾਲ ਰਹਿ ਕੇ ਪਰਖ ਨਹੀਂ ਸਕਦੇ ਸਾਰੀ ਜ਼ਿੰਦਗੀ ਇਹ ਪਰਖਣ ਵਾਲਾ ਜਿਹੜਾ ਸਵਾਲ ਹੈ ਕਿ ਲਿਵ ਇਨ ਰਹਿੰਦੇ ਹਾਂ ਪਰਖ ਲੈਂਦੇ ਹਾਂ ਤੇ ਉਹਦੇ ਬਾਅਦ ਸ਼ਾਦੀ ਕਰਾਂਗੇ ਦੈਟਸ ਟੋਟਲੀ ਨੌਨਸੈਂਸ ਮੇਰੇ ਹਿਸਾਬ ਨਾਲ ਬਾਕੀ ਤੁਹਾਡੇ ਵਿਊਵਰ ਆਪਣੀ ਆਪਣੀ ਰਾਏ ਦੇਣਗੇ ਜੀ ਜੋ ਮੈਂ ਰਾਏ ਦੇ ਰਹੀ ਹਾਂ ਮੈਨੂੰ ਉਹ ਚੀਜ਼ ਬਿਲਕੁਲ ਨਹੀਂ ਪਸੰਦ ਨਾ ਹੀ ਹੋਣੀ ਚਾਹੀਦੀ ਹੈ ਤੁਸੀਂ ਮਿਲੋ ਅੱਜ ਕੋਲੋਂ 1955 ਚ ਮੇਰੀ ਸ਼ਾਦੀ ਹੋ ਰਹੀ ਸੀ ਉਹ ਬੱਚੀ ਅਗਰ ਸੁਣ ਰਹੀ ਹੈ ਤੇ 1955 ਚ ਮੇਰੀ ਸ਼ਾਦੀ ਹੋਈ ਉਸ ਟਾਈਮ ਦੇ ਉੱਤੇ ਲਵ ਮੈਰਿਜ ਔਰ ਇੰਟਰਕਾਸਟ ਮੈਰਿਜ ਅੱਛਾ ਤੁਸੀਂ ਕੋ ਸੋਚ ਸਕਦੇ ਹੋ ਕਿ ਕਿੰਨੀ ਮੁਸ਼ਕਿਲ ਹੋਏਗੀ ਮੈਂ ਪੰਡਿਤ ਔਰ ਖੱਤਰੀ ਅੱਛਾ ਜੀ
ਬੜੀ ਮੁਸ਼ਕਲ ਚੀਜ਼ ਹੁੰਦੀ ਹੈ, ਠੀਕ ਹੈ, ਠੀਕ ਪਰ ਉਹਦੇ ਚ ਦੇਰ ਵਾਜ਼ ਨੋ ਡੇਟ ਇਨਵੋਲਵਡ, ਦੇਰ ਵਾਜ਼ ਨੋ ਸੈਕਸ ਇਨਵੋਲਵਡ, ਦੇਰ ਵਾਜ਼ ਨਥਿੰਗ, ਅਭੀ ਇਕੱਠੇ ਕੰਮ ਕਰ ਰਹੇ ਹਾਂ, ਇੱਕ ਕਾਮਨ ਫਰੈਂਡ ਵਿੱਚ ਹੈ, ਉਹਨੂੰ ਪਤਾ, ਉਹਨੂੰ ਉਹਨੇ ਦੱਸਿਆ ਕਿ ਮੇਰੀ ਚੋਇਸ ਦੀ ਲੜਕੀ ਹੈ, ਮੈਂ ਦੱਸਿਆ ਠੀਕ ਹੈ ਮੇਰੀ ਚੋਇਸ ਦਾ ਲੜਕਾ, ਉਸਨੇ ਮੇਰੀ ਮਦਰ ਨੂੰ ਅਪਰੋਚ ਕੀਤਾ, ਠੀਕ ਹੈ, ਹੁਣ ਗੱਲ ਆ ਕੇ ਰੁਕ ਗਈ ਕਿ ਨਹੀਂ ਅਸੀਂ ਤੇ ਪੰਡਿਤ ਹਾਂ, ਅਸੀਂ ਖੱਤਰੀਆਂ ਦੀ ਗੱਲ ਨਹੀਂ ਕਰਨੀ, ਲੇਕਿਨ ਉਹਦੇ ਵਿੱਚ ਵੀ ਫਿਰ ਮੇਰੇ ਨਾਨਾ ਜੀ ਪੰਡਿਤ ਬੜੇ ਵਿਦਵਾਨ, ਉਹਨਾਂ ਨੇ ਕਿਹਾ ਕੋਈ ਕੋਈ ਗੱਲ ਨਹੀਂ ਬੇਟਾ, ਪੜ੍ਹਿਆ ਲਿਖਿਆ ਲੜਕਾ, ਕਰ ਦਿਓ, ਕੋਈ ਚੀਜ਼ ਨਹੀਂ, ਲੇਕਿਨ ਉਹ ਐਸਾ ਨਹੀਂ ਹੈ ਕਿ ਤੁਹਾਡਾ ਤੁਹਾਨੂੰ ਕਿੰਨੀ ਦੇਰ, 6 ਮਹੀਨੇ ਤੋਂ ਬੰਦੇ ਮੈਂ ਜਾਣਨੀ ਆ, ਮੈਂ ਕਿੰਨਾ ਕੁ ਨੂੰ ਪਰਖ ਲਿਆ, ਕੋਈ ਨੀ ਪਰਖਿਆ, ਪਰ ਸਾਰੀ ਜ਼ਿੰਦਗੀ ਬੜੀ ਸੋਹਣੀ ਬੀਤ ਗਈ ਹੈ, ਇਹ ਪਰਖਣ ਵਾਲੀ ਜਿਹੜੀ ਚੀਜ਼ ਅੱਜ ਦੀ ਜਨਰੇਸ਼ਨ ਦੀ ਹੈ ਬੜੀ ਗਲਤ ਹੈ, ਲਿਵ ਇਨ ਬੜਾ ਹੀ ਗਲਤ ਹੈ, ਬਹੁਤ ਹੀ ਗਲਤ ਚੀਜ਼ ਹੈ, ਤੁਸੀਂ ਆਪਣੀ ਚੋਇਸ ਦੱਸੋ ਆਪਣੇ ਮਾਂ ਬਾਪ ਨੂੰ, ਮੈਂ ਪਸੰਦ ਕਰਨੀ ਆ, ਉਹਦੇ ਨਾਲ ਮਿਲੋ ਜੁਲੋ, ਠੀਕ ਹੈ, ਜ਼ਰੂਰੀ ਤਾਂ ਨਹੀਂ ਕਿ ਤੁਸੀਂ ਉਹਦੇ ਨਾਲ ਸੈਕਸ ਹੀ ਕਰਨਾ, ਦੈਟਸ ਨਾਟ ਇੰਪੋਰਟੈਂਟ, ਇਹ ਕੋਈ ਪਰਖਣ ਵਾਲੀ ਚੀਜ਼ ਨਹੀਂ ਹੈ। ਸੁਦਰਸ਼ਨ ਜੀ, ਸਾਨੂੰ ਮੇਰੇ ਖਿਆਲ ਸਾਨੂੰ ਇਹ ਵੀ ਲੱਗਦਾ ਹੈ ਕਿ ਪਰਖਣ ਦੇ ਵਿੱਚ ਜ਼ਿਆਦਾ ਖੱਜਲ ਹੋਣਾ ਹੈ, ਕਿ ਉਹ ਕਹਿੰਦੇ ਨਾ ਜਦੋਂ ਅਸੀਂ ਕਿਸੇ ਨੂੰ ਕਿਸੇ ਪੈਡੈਸਟਲ ਤੇ ਰੱਖ ਲੈਂਦੇ ਹਾਂ ਕਿ ਇਹ ਹਸਬੈਂਡ ਹੈ, ਵਾਈਫ ਹੈ, ਤੇ ਉਸੇ ਤਰ੍ਹਾਂ ਪਿਆਰ ਕਰਨ ਲੱਗ ਜਾਂਦੇ ਹਾਂ ਉਸੇ ਤਰ੍ਹਾਂ, ਪਰ ਜਦੋਂ ਸਾਡੇ ਕੋਲ ਚੋਇਸ ਹੁੰਦੀ ਹੈ ਜਾਂ ਅਸੀਂ ਜ਼ਿਆਦਾ ਕਨਫਿਊਜ਼ਡ ਹੈ, ਨਾਲ ਇਹ ਹੋਏਗਾ ਕਿ ਅਜੀ ਸੁਣੋ ਮੇਰੇ ਹਮਾਰੇ ਔਰ ਤੁਹਾਰੇ ਬੱਚੇ ਲੜ ਰਹੇ ਹੈ, ਉਹ ਹਾਲਤ ਹੋਏਗੀ ਅਗਲੀ ਜਨਰੇਸ਼ਨ ਦੇ ਵਿੱਚ, ਉਹ ਚੀਜ਼ ਨਹੀਂ ਹੋਣੀ ਚਾਹੀਦੀ, ਇੱਕ ਤੁਸੀਂ ਆਪਣਾ ਠੀਕ ਹੈ ਪਰਖੋ, ਦਾ ਮਤਲਬ ਤੁਹਾਨੂੰ ਪਤਾ ਚੱਲਣਾ ਚਾਹੀਦਾ ਬੱਚਾ ਤੁਹਾਡੇ ਸਟੈਂਡਰਡ ਦਾ, ਤੁਹਾਡੀ ਲੜਕੀ ਦੇ ਸਟੈਂਡਰਡ ਦਾ, ਮਾਂ ਬਾਪ ਨੂੰ ਇਨਵੋਲਵ ਕਰੋ, ਉਹਦੇ ਮਾਂ ਬਾਪ ਨੂੰ ਇਨਵੋਲਵ ਕਰੋ, ਜ਼ਰੂਰ ਕਰੋ, ਔਰ ਉਹ ਮਾਂ ਬਾਪ ਜਿਹੜੇ ਬਿਲਕੁਲ ਹੀ ਮੰਨਦੇ ਹੀ ਨਹੀਂ ਜੇ ਅਸੀਂ ਕਰਨੇ ਨਹੀਂ, ਉਹਨਾਂ ਮਾਂ ਬਾਪ ਨੂੰ ਮੈਂ ਕਹਾਂਗੀ ਕਿ ਬੜਾ ਗਲਤ ਕਰਦੇ ਆ, ਬਹੁਤ ਗਲਤ ਕਰਦੇ ਆ, ਇਸ ਤਰ੍ਹਾਂ ਕੋਈ ਸਖਤੀ ਦੀ ਜ਼ਰੂਰਤ ਨਹੀਂ ਹੈ, ਐਸੀ ਕੋਈ ਚੀਜ਼ ਨਹੀਂ ਹੈ, ਬਿਲਕੁਲ। ਸੋ ਜਿਹੜੇ ਅਡਲਟ ਕਿਡਸ ਆ ਉਹਨਾਂ ਤੇ ਵੀ ਵਿਸ਼ਵਾਸ ਕਰੋ, ਉਹਨਾਂ ਦੀ ਚੋਇਸਸ ਤੇ ਵੀ, ਅੱਜ ਕੱਲ ਦੇ ਬੱਚੇ ਬੜੇ ਸਮਝਦਾਰ ਨੇ, ਵਿਸ਼ਵਾਸ ਕਰੋ, ਲੇਕਿਨ ਜਿਹੜਾ ਜਿਹੜੀ ਮੇਰੀ ਥਰਡ ਜਨਰੇਸ਼ਨ ਜਿਸ ਤਰਫ ਨੂੰ ਜਾ ਰਹੀ ਹੈ, ਉਹ ਬੜਾ ਗਲਤ ਤਰੀਕਾ ਉਹਨਾਂ ਨੇ ਢੂੰਡਿਆ, ਉਹਨਾਂ ਵਾਸਤੇ ਤੇ ਲਿਵਿੰਗ ਵਾਸਤੇ ਕੋਈ ਮਜ਼ਾ ਆ ਗਈ, ਕੋਈ ਗੱਲ ਹੀ ਨਹੀਂ ਹੈ, ਮਾਮੂਲੀ ਗੱਲ ਹੈ, ਲਿਵਿੰਗ ਰਿਲੇਸ਼ਨ, ਤੁਸੀਂ ਇੱਕ ਦੂਜੇ ਨੂੰ ਪਰਖੋਗੇ ਕਿ ਉਹ ਕੈਸਾ ਹੈ ਕੈਸਾ ਨਹੀਂ ਹੈ, ਉਹ ਸੌ ਕੇ ਹੀ ਪਰਖਿਆ ਜਾਏਗਾ, ਵੈਸਾ ਨਹੀਂ ਪਰਖਿਆ ਜਾਏਗਾ, ਚਲੋ ਵਿਆਹ ਦਾ ਹਾਲੇ ਟਾਈਮ ਨਹੀਂ ਹੈ, ਵਿਆਹ ਜ਼ਰੂਰੀ ਨਹੀਂ ਫੀਲ ਹੋ ਰਿਹਾ ਕਈ ਕਪਲਸ ਨੂੰ, ਔਰ ਯੂ ਨੋ 2 ਸਾਲ ਬਾਅਦ ਕਰਾਂਗੇ, ਕਦੀ ਕਰਾਂਗੇ, ਦੇਖ ਲਾਂਗੇ, ਉਹ ਕਹਿੰਦੇ ਸਾਨੂੰ ਕਮਿਟਮੈਂਟ ਦੀ ਕਮੀ ਨਹੀਂ ਹੈ, ਉਸ ਵੇਲੇ ਅਸੀਂ ਸੋਚਦੇ ਹਾਂ ਕਿ ਇਹੀ ਹੈ, ਪਰ ਅਸੀਂ ਤੁਸੀਂ ਮੈਰਿਜ ਨੂੰ ਕਿਹੜਾ ਡਿਵੋਰਸ ਬਾਰ ਬਾਰ ਕਹੀ ਜਾ ਰਹੇ, ਉਹਨਾਂ ਦੇ ਇੱਕ ਹੋਰ ਐਗਜ਼ਾਮਪਲ ਦਿੱਤਾ, ਕਹਿੰਦੀ ਮੈਂ ਆਪਣੇ ਪੇਰੈਂਟਸ ਔਰ ਆਪਣੇ ਰਿਲੇਟਿਵਸ ਨੂੰ ਬੜਿਆਂ ਨੂੰ ਕਹਿੰਦੇ ਸੁਣਿਆ ਕਿ ਦੂਜਿਆਂ ਨੂੰ ਰਾਏ ਦਿੰਦੇ ਕਿ ਤੁਸੀਂ ਡਿਵੋਰਸ ਕਰਕੇ ਨਾ ਗ੍ਰੀਨ ਕਾਰਡ ਵਾਸਤੇ ਡਿਵੋਰਸ ਕਰ ਲਓ, ਤੇ ਕਹਿੰਦੇ ਤੁਸੀਂ ਫਿਰ ਮੈਰਿਜ ਨੂੰ ਸਮਝਿਆ ਕੀ ਹੋਇਆ, ਕੌਣ ਕਹਿੰਦਾ ਕਿ ਮੈਰਿਜ ਨਹੀਂ ਸਹੀ, ਉਹ ਵੀ ਗਲਤ ਚੀਜ਼ ਹੈ, ਦੇਖੋ ਨਾ ਕਿੰਨੀਆਂ ਚੀਜ਼ਾਂ ਨੂੰ ਤੁਸੀਂ ਸੁਲਝਾਓਗੇ, ਇਸ ਤਰ੍ਹਾਂ ਕੁਝ ਦੁਨੀਆਂ ਦੇ ਵਿੱਚ ਹੋ ਰਿਹਾ, ਕਿੰਨੀਆਂ ਕਿੰਨੀਆਂ ਅਸੀਂ ਚੀਜ਼ਾਂ ਨੂੰ ਸੁਲਝਾ ਸਕਦੇ ਹਾਂ, ਲੇਕਿਨ ਜਿਹੜਾ ਟੌਪਿਕ ਸਾਡੇ ਸਾਹਮਣੇ ਆਉਂਦਾ ਔਰ ਜਿਹੜਾ ਬੱਚਾ ਸਵਾਲ ਕਰ ਰਿਹਾ, ਮੈਰਿਜ ਬੜੀ ਪਾਇਸ ਹੈ, ਬੜਾ ਉਹ ਹੈ, ਤੇ ਉਹਨੇ ਅੱਗੋਂ ਮੈਨੂੰ ਇਹ ਕਿਹਾ ਕਿ ਨਹੀਂ ਤੁਸੀਂ ਮੈਰਿਜ ਨੂੰ ਸੋਚਿਆ ਕੀ ਹੋਇਆ, ਇੰਨਾ ਪਰਸੈਂਟੇਜ ਡਿਵੋਰਸ ਪੇਪਰਾਂ ਤੇ ਦੇਖੋ ਇੰਡੀਅਨ ਦੇ ਕਿੰਨਾ ਡਿਵੋਰਸ ਹੋਇਆ ਹੋਇਆ, ਉਹ ਠੀਕ ਹੈ, ਉਹ ਠੀਕ ਕਰ ਰਹੀ ਹੈ, ਲੇਕਿਨ ਉਹ ਜਿਹੜੇ ਕਰ ਰਹੇ ਨੇ ਉਹ ਗਲਤ ਕਰ ਰਹੇ ਨੇ, ਉਹਨੂੰ ਉਸ ਕੈਟੇਗਰੀ ਸਮਝੇ ਕਿ ਉਹ ਠੀਕ ਨਹੀਂ ਹਨ, ਉਹ ਮਾਂ ਬਾਪ ਵੀ ਠੀਕ ਨਹੀਂ ਹਨ, ਔਰ ਉਹ ਬੱਚੇ ਵੀ ਠੀਕ ਨਹੀਂ ਹਨ ਜਿਹੜੇ ਡਿਵੋਰਸ ਡਿਵੋਰਸ ਵਾਸਤੇ ਸ਼ਾਦੀਆਂ ਕਰ ਲੈਂਦੇ ਇਸ ਕਰਕੇ ਕਿ ਸਾਨੂੰ ਗ੍ਰੀਨ ਕਾਰਡ ਮਿਲ ਜਾਏ, ਰਾਈਟ, ਉਹ ਵੀ ਗਲਤ ਹੈ, ਉਸ ਨੂੰ ਵੀ ਅਸੀਂ ਕੋਈ ਨੰਬਰ ਨਹੀਂ ਦਿੰਦੇ, ਜੀ ਜੀ, ਸੋ ਯੂ ਨੋ ਉਹ ਹੀ ਜਿਵੇਂ ਅਸੀਂ ਪਹਿਲੇ ਕਹਿੰਦੇ ਆ ਕਿ ਕਿਉਂਕਿ ਉਹ ਗਲਤ ਹੈ ਡਸਨਟ ਮੀਨ ਕਿ ਤੁਸੀਂ ਵੀ ਯੂ ਨੋ ਤੁਸੀਂ ਵੀ ਉਸ ਰਸਤੇ ਚੱਲੋ, ਔਰ ਤੁਸੀਂ ਇਹ ਐਗਜ਼ਾਮਪਲ ਨਾ ਦਿਓ ਕਿ ਉਹਨਾਂ ਨੇ ਇਸ ਵਾਸਤੇ ਸ਼ਾਦੀ ਕੀਤੀ ਹੈ ਤੇ ਫਿਰ ਉਹ ਡਿਵੋਰਸ ਕਰ ਦੇਣਗੇ, ਫਿਰ ਪਵਿੱਤਰਤਾ ਕਿੱਥੇ ਗਈ, ਇਸ ਚੀਜ਼ ਨੂੰ ਕਿੰਨੇ ਪਰਸੈਂਟ ਨੇ, ਕਿੰਨੇ ਪਰਸੈਂਟ ਕਰਦੇ ਆ, ਐਸੀ ਕੋਈ ਗੱਲ ਨਹੀਂ, ਬਿਲੀਅਨ ਬਿਲੀਅਨ ਲੋਕ ਨੇ, ਉਹਦੇ ਚ ਅਗਰ 5% ਵੀ ਲੋਕ ਉਸ ਤਰ੍ਹਾਂ ਕਰ ਰਹੇ ਨੇ ਤੇ ਉਹਨਾਂ ਨੂੰ ਆਪਣੀ ਇਸ ਕੈਟੇਗਰੀ ਚ ਕਿਉਂ ਆਉਣ ਦਿੰਦੇ ਹੋ, ਲੈਟਸ ਸੀ ਬਾਕੀ ਤੁਹਾਡੇ ਵਿਊਵਰ ਕੀ ਕਹਿੰਦੇ ਨੇ, ਮੇਰੀ ਸੋਚ ਤੇ ਪਹਿਲੇ ਵੀ ਇਹੀ ਸੀ ਕਿ ਲਿਵਿੰਗ ਦਾ ਤੇ ਕੋਈ ਮਤਲਬ ਨਹੀਂ, ਪਰਖਣ ਦਾ ਤੇ ਕੋਈ ਮਤਲਬ ਨਹੀਂ, ਤੁਸੀਂ ਇੱਕ ਦੂਸਰੇ ਨੂੰ ਜਾਣਦੇ ਹੋ, ਜਾਣ ਪਹਿਚਾਣ ਕਰੋ, ਦੇਖੋ ਪਰਖੋ, ਆਪਣੇ ਮਾਂ ਬਾਪ ਨੂੰ ਇਨਵੋਲਵ ਕਰੋ, ਸ਼ਾਦੀ ਕਰੋ ਢੰਗ ਨਾਲ ਕਰੋ, ਕੋਈ ਗੱਲ ਨਹੀਂ, ਉਹਦੇ ਬਾਅਦ ਤੁਹਾਡੀ ਕਿਸਮਤ ਹੈ ਨਹੀਂ ਬਣਦੀ, ਪਰ ਸ਼ਾਦੀਆਂ ਤੇ ਕੰਪਰੋਮਾਈਜ਼ ਤੇ ਹੁੰਦੀਆਂ ਨੇ, ਚਾਹੇ ਉਹ ਲਿਵਿੰਗ 'ਚ ਰਹਿ ਲਓ ਤੇ ਚਾਹੇ ਲਿਵਿੰਗ 'ਚ ਰਹੋਗੇ ਤਾਂ ਵੀ ਤੇ ਕੰਪਰੋਮਾਈਜ਼ ਕਰੋਗੇ ਕੁਛ ਨਾ ਕੁਛ। ਜੀ ਬਹੁਤ ਵਧੀਆ ਸੁਦਰਸ਼ਨ ਜੀ, ਪਲੀਜ਼ ਡਿਊਰਿੰਗ ਦ ਸ਼ੋਅ ਕੁਛ ਹੋਰ ਵੀ ਧਿਆਨ ਆਏ ਜ਼ਰੂਰ ਕਾਲ ਬੈਕ ਕਰਨਾ, ਕਿਉਂਕਿ ਮੈਨੂੰ ਨਹੀਂ ਪਤਾ ਕਿ ਅੱਜ ਕਿੰਨੇ ਕੁ ਬੰਦੇ ਹੈ ਜਿਹੜੇ ਕਿ ਕਰੇਜ ਜੁਟਾ ਰਹੇ ਨੇ ਕਿ ਸੁਦਰਸ਼ਨ ਜੀ ਵਾਕਣ, ਐਟਲੀਸਟ ਆਪਣੀ ਗੱਲ ਤੱਕ ਹੋ, ਜਿਸ ਪਾਸੇ ਮਰਜ਼ੀ ਦੀ ਹੋਏ ਕਾਲ ਕਰਕੇ ਕਾਲ ਚੁੱਕੋ ਅਤੇ ਗੱਲ ਤੱਕ ਜ਼ਰੂਰ ਕਰੋ। ਲੈਟ ਮੀ ਟੇਕ ਏ ਸ਼ੋਰਟ ਬ੍ਰੇਕ ਐਂਡ ਕਮ ਬੈਕ।
ਸਾਰਿਆਂ ਦਾ ਫਿਰ ਸਵਾਗਤ ਹੈ। ਯਾ ਆਪਣਾ ਫਰਜ਼ ਇੱਥੇ ਬੈਠੇ ਦੇ ਹੋਏ ਦਾ ਨਿਭਾ ਰਹੀ ਹਾਂ। ਕੁੜੀ ਹੁਣੇ ਕਹਿ ਰਹੀ ਹੈ ਕਿ ਪੇਰੈਂਟਸ, ਖਾਸ ਤੌਰ 'ਤੇ ਪੇਰੈਂਟਸ, ਗ੍ਰੈਂਡ ਪੇਰੈਂਟਸ ਦੀ ਉਹਦੀ ਡਿਫਰੈਂਟ ਯੂਨੋ ਉਹਦੀ ਸਮਝ ਹੈ ਕਿ ਗ੍ਰੈਂਡ ਪੇਰੈਂਟਸ ਕਿਉਂ ਕਹਿੰਦੇ ਹੈ, ਕਿਉਂਕਿ ਡੀਪ ਰੂਟਡ ਵਿਸ਼ਵਾਸ ਹੈ। ਉਹ ਕਹਿੰਦੀ ਪੇਰੈਂਟਸ ਖਾਸ ਤੌਰ 'ਤੇ ਅਮੈਰੀਕਾ ਦੇ ਵਿੱਚ, ਬਾਹਰ ਕੰਟਰੀਜ਼ 'ਚ ਆਏ ਹੋਏ ਪੇਰੈਂਟਸ ਦਾ ਜਿਹੜਾ ਸਿਰਫ ਪ੍ਰਾਈਡ ਹੈ। ਰਾਈਟ ਨਾਓ ਉਹ ਜੋ ਲਿਖ ਰਹੀ ਹੈ ਕਿ ਕਹਿੰਦੀ ਕਿ ਸਿਰਫ ਆਪਣੀ ਇੱਕ ਲੋਕ ਕੀ ਕਹਿਣਗੇ, ਇਸ ਲੱਜਾ ਦੇ ਵਿੱਚ ਸਿਰਫ ਉਹਨਾਂ ਨੇ ਵੈਲਿਊਜ਼ ਬਣਾਈਆਂ, ਕੋਈ ਅਸਲੀ ਵੈਲਿਊਜ਼ ਨਹੀਂ ਹੈ ਉਹਨਾਂ ਦੀਆਂ। ਅਸਲੀ ਤੌਰ 'ਤੇ ਅਗਰ ਕਿਸੇ ਨੂੰ ਨਾ ਪਤਾ ਲੱਗਦਾ ਹੋਏ ਤਾਂ ਦੇ ਵੋਂਟ ਕੇਅਰ ਕਿ ਹਾਂ ਠੀਕ ਹੈ ਤੁਸੀਂ ਜਿਸ ਤਰ੍ਹਾਂ ਮਰਜ਼ੀ ਰਹਿ ਜਾਓ, ਪਰ ਜਸਟ ਬਿਕੋਜ਼ ਕਿ ਦੁਨੀਆ ਕੀ ਕਹੇਗੀ, ਇਸ ਪਿੱਛੇ ਉਹ ਨਹੀਂ ਚਾਹੁੰਦੇ ਕਿ ਇਹ ਚੀਜ਼ ਹੋਏ। ਸੋ ਤੁਹਾਡਾ ਕੀ ਕਹਿਣਾ ਹੈ ਜ਼ਰੂਰ ਇਹਨੂੰ ਦੱਸੋ। ਇਹਨਾਂ ਨੂੰ ਪੁੱਛਦੇ ਹਾਂ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਜੀ? ਜੀ ਮੈਂ ਸਾਇਰਾ ਬੋਲ ਰਹੀ ਹਾਂ। ਥੈਂਕ ਯੂ ਸੋ ਮਚ ਫੋਰ ਕਾਲਿੰਗ। ਦੱਸੋ ਕੀ ਕਹਿੰਦੇ ਹੋ? ਮੈਂ ਅਰਵਿੰਦ ਜੀ ਕਵਾਂਗੀ ਕਿ ਇਹ ਟੋਟਲੀ ਗਲਤ ਗੱਲ ਹੈ ਕਿ ਬੱਚੇ ਪਹਿਲੇ ਟੁਗੇਦਰ ਰਹਿਣ, ਉਸ ਤੋਂ ਬਾਅਦ ਸ਼ਾਦੀ ਕਰਨ। ਅੱਛੀ, ਦੇਖੋ ਪਹਿਲੇ ਜ਼ਮਾਨੇ 'ਚ ਪੇਰੈਂਟਸ ਚੂਜ਼ ਕਰਦੇ ਸੀ, ਹੁਣ ਤਾਂ ਤੁਸੀਂ ਆਪ ਚੂਜ਼ ਕਰ ਸਕਦੇ ਹੋ ਲੇਕਿਨ ਪੇਰੈਂਟਸ ਨੂੰ ਦੱਸ ਸਕਦੇ ਹੋ। ਦੂਸਰੀ ਗੱਲ ਇਹ ਕਿ ਹੈਬਿਟਸ ਜਿਹੜੀਆਂ ਹੁੰਦੀਆਂ ਨੇ ਨਾ, ਉਹ ਕੁਦਰਤ ਅੱਲਾਹ ਤਾਲਾ ਵੱਲੋਂ ਆਉਂਦੀਆਂ ਨੇ, ਉਹਨਾਂ ਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ। ਵਕਤੀ ਤੌਰ 'ਤੇ ਕੋਈ ਬੰਦਾ ਚੇਂਜ ਹੋ ਸਕਦਾ ਆਪਣੇ ਮਤਲਬ ਵਾਸਤੇ, ਆਪਣੇ ਮੁਫਾਦ ਵਾਸਤੇ, ਲੇਕਿਨ ਉਸ ਤੋਂ ਬਾਅਦ ਅਗਰ ਉਹ ਚੇਂਜ ਹੋ ਜਾਂਦਾ ਜਾਂ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਉਹਦੇ ਨਾਲ ਪੇਰੈਂਟਸ ਨੂੰ ਕਿੰਨਾ ਹਰਟ ਹੁੰਦਾ। ਔਰ ਜਿੰਨੀਆਂ ਵੀ ਸ਼ਾਦੀਆਂ ਸਕਸੈਸਫੁਲ ਹੋਈਆਂ ਨੇ ਉਹ ਜਿਹੜੀਆਂ ਨੇ ਉਹ ਅਰੇਂਜ ਮੈਰਿਜ ਦੇ ਵਿੱਚ ਹੀ ਨੇ, ਤੁਸੀਂ ਦੇਖ ਲਓ, ਤੁਸੀਂ ਆਪ ਦੇਖੋ। ਔਰ ਇਹ ਜਿਹੜੀ ਅੱਜ ਕੱਲ ਏਡਸ ਇੰਨੀ ਫੈਲੀ ਹੋਈ ਹੈ, ਤੁਸੀਂ ਦੇਖੋ ਕਿ ਏਡਸ ਪਹਿਲੇ ਇੰਨੀ ਕਦੀ ਹੁੰਦੀ ਸੀ, ਮਲਟੀਪਲ ਪਾਰਟਨਰਸ, ਯਾ ਤੁਸੀਂ ਸੁਣਿਆ ਸੀ ਕਦੀ ਏਡਸ ਦਾ ਨਾਮ ਵੀ? ਲੇਕਿਨ ਹੁਣ ਤੁਸੀਂ ਦੇਖੋ ਇੰਡੀਆ ਕੀ, ਪਾਕਿਸਤਾਨ ਕੀ, ਅਮਰੀਕਾ ਕੀ। ਸੋ ਤੁਹਾਨੂੰ ਲੱਗਦਾ ਕਿ ਇਹਦੇ ਕਾਰਨ ਕਰਕੇ ਇਹ ਸਾਰਾ? ਬਿਲਕੁਲ ਬਿਲਕੁਲ, 100% 100%। ਸੋ ਕੀ ਕਹੋਗੇ ਕੁੜੀ ਨੂੰ ਕਿ ਤੁਹਾਨੂੰ ਲੱਗਦਾ ਹੈ ਕਿ ਵਿਆਹ ਦੀ ਇੰਤਜ਼ਾਰ ਕਰਨੀ ਚਾਹੀਦੀ ਹੈ? ਬਿਲਕੁਲ, ਪੇਰੈਂਟਸ ਅਗਰ ਉਹਨਾਂ ਨੇ ਕੋਈ ਚੂਜ਼ ਕੀਤਾ ਤੇ ਉਹ ਠੀਕ ਹੈ, ਲੇਕਿਨ ਅੱਲਾਹ ਤਾਲਾ ਉਹਨੂੰ ਕਾਮਯਾਬੀ ਦੇ ਉਹਦੇ ਵਿੱਚ, ਔਰ ਸਕਸੈਸਫੁਲ ਹੋਵੇ ਔਰ ਆਪਣੀ ਮੰਜ਼ਿਲੇ ਮਕਸੂਦ ਤੱਕ ਉਹ ਪਹੁੰਚੇ, ਜਿਸ ਮਕਸਦ ਲਈ ਉਹ ਸ਼ਾਦੀ ਕਰੇ ਉਹ ਕਾਮਯਾਬ ਹੋਵੇ। ਲੇਕਿਨ ਮੈਂ ਹੀ ਕਹਾਂਗੀ ਕਿ ਆਪਣੇ ਪੇਰੈਂਟਸ ਨੂੰ ਵਿੱਚ ਜ਼ਰੂਰ ਇਨਵਾਲਵ ਕਰੇ। ਜਦੋਂ ਤੁਸੀਂ ਵਿੱਚ ਇਨਵਾਲਵ ਹੀ ਨਹੀਂ ਨਾ ਹੁੰਦੇ, ਬਿਲੀਵ ਕਰੋ, ਬਹੁਤ ਤੋੜ ਫੋੜ ਦੇ ਰਿਸ਼ਤਿਆਂ ਵਿੱਚ ਹੋ ਜਾਂਦੀ ਹੈ, ਮਾਂ ਬਾਪ ਦੇ ਵਿੱਚ ਟੁੱਟ ਫੁੱਟ ਹੋ ਜਾਂਦੀ, ਜਿਹੜੇ ਕਿ ਤੁਹਾਨੂੰ ਛੋਟੇ ਹੁੰਦਿਆਂ ਤੁਹਾਨੂੰ ਪਾਲਿਆ, ਤੁਹਾਨੂੰ ਗੋਦੀ 'ਚ ਖਿਲਾਇਆ, ਤੁਹਾਨੂੰ ਲੋਰੀਆਂ ਦਿੱਤੀਆਂ ਨੇ ਮਾਂ ਨੇ, ਤੇ ਉਹ ਫਿਰ ਹਰਟ ਹੁੰਦਾ। ਲੇਕਿਨ ਠੀਕ ਹੈ, ਆਪਣਾ ਕਲਚਰ ਆਪਣਾ ਹੈ, ਉਹਨਾਂ ਦਾ ਤੁਸੀਂ ਜੋ ਕੀ ਕਹਿੰਦੇ ਉਹਨਾਂ ਨੇ ਕਿਹਾ, ਸੁਦਰਸ਼ਨ ਜੀ ਨੇ ਵੀ ਬਹੁਤ ਅੱਛਾ ਆਪਣੇ ਮਸ਼ਵਰਾ ਦਿੱਤਾ, ਮੈਂ ਵੀ ਉਹਨਾਂ ਦੇ ਨਾਲ ਲੱਗ ਰਹੀ ਹਾਂ, ਤੇ ਮੈਂ ਸਮਝਾਂਗੀ ਕਿ ਮੇਰੇ ਬੇਟੇ ਨੇ ਵੀ ਇਸ ਤਰ੍ਹਾਂ ਹੀ ਸ਼ਾਦੀ ਕੀਤੀ, ਆਪਣੀ ਮਰਜ਼ੀ ਨਾਲ ਕੀਤੀ, ਫਿਰ 10 ਸਾਲ ਇਕੱਠੇ ਰਹਿੰਦੇ ਰਹੇ। ਲੇਕਿਨ ਉਹ ਯਕੀਨ ਕਰੋ ਅਰਵਿੰਦ ਜੀ, ਮੈਂ ਇਸ ਕਿਸਮ ਦੀ ਔਰਤ ਕਿ ਕੁਛ ਵੀ ਹੋ ਜਾਣਾ, ਮੈਂ ਕਹਿੰਦੀ ਤੁਸੀਂ ਬਰਦਾਸ਼ਤ ਕਰੋ, ਕੋਈ ਨੀ, ਇਸ ਓਕੇ ਇਸ ਓਕੇ। ਲੇਕਿਨ 10 ਸਾਲ ਹੋ ਗਏ ਸ਼ਾਦੀ ਹੋਈ ਨੂੰ, ਮੈਂ ਖਾਣਾ ਬਣਾਇਆ ਕਰ ਉਹਨਾਂ ਵਾਸਤੇ, ਲੇਕਿਨ ਉਹ ਸਾਡੇ ਨਾਲ ਐਡਜਸਟ ਨਹੀਂ ਹੋਈ ਔਰਤ ਨਾਲ, ਲੇਕਿਨ ਫਿਰ ਵੀ ਚਲੋ ਚੱਲ ਰਿਹਾ, ਸ਼ੁਕਰ ਹੈ ਜੀ। ਥੈਂਕ ਯੂ ਸੋ ਮਚ ਜੀ ਫੋਰ ਜੁਆਇਨਿੰਗ। ਬਹੁਤ ਜ਼ਰੂਰੀ ਹੈ ਕਿ ਇਸ ਕਨਵਰਸੇਸ਼ਨ ਵਿੱਚ ਜੁਆਇਨ ਕਰੀਏ, ਸੋ ਥੈਂਕ ਯੂ ਸੋ ਮਚ ਕਿ ਤੁਸੀਂ ਆਪਣੀ ਯੂਨੋ ਵਿਚਾਰ ਦਿੱਤੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹਾਂਜੀ ਬਲਬੀਰ ਜੀ। ਹਾਂਜੀ, ਮੈਂ ਜਿਹੜੇ ਪ੍ਰੀਵੀਅਸ ਕਾਲਰਸ ਨੇ ਉਹਦੇ ਤੋਂ ਅੱਗੇ ਚੱਲਣੀ ਆ ਜੀ। ਉਹਨਾਂ ਨੇ ਸਿਰਫ ਏਡਸ ਕਿਹਾ ਹੈਗਾ, ਓਕੇ, ਲੇਕਿਨ ਇਹਦੇ ਸੈਕਸ ਰਿਲੇਟਡ ਬਹੁਤ ਸਾਰੇ ਪ੍ਰੋਬਲਮਸ ਨੇ। ਐਸਟੀਡੀ ਹੈ, ਕਲਮੇਡੀਆ ਸਭ ਤੋਂ ਜ਼ਿਆਦਾ ਹੈਗਾ, ਉਹਦਾ ਪਤਾ ਵੀ ਨਹੀਂ ਲੱਗਦਾ। ਅਸੀਂ ਥੋੜਾ ਜਿਹਾ ਮਾਈਂਡਫੁਲ ਇਹ ਵੀ ਰਹੀਏ ਕਿ ਕੁੜੀ ਮਲਟੀਪਲ ਪਾਰਟਨਰਸ ਦੀ ਨਹੀਂ ਗੱਲ ਕਰ ਰਹੀ। No, we're not talking about multiple partners. So many people are walking around with infections that they don't even know about it. Ji, ji, ji. ਠੀਕ ਹੈ ਨਾ ਜੀ, ਉਹ ਤੁਹਾਨੂੰ ਦੱਸਣਗੇ ਥੋੜੀ ਕਿ ਅਸੀਂ ਪਹਿਲੇ ਕਿਤੇ ਹੋਰ ਜਾ ਆਏ ਹਾਂ। ਹਾਂਜੀ, ਤੇ ਉਹ ਪ੍ਰੋਟੈਕਸ਼ਨ ਦੀ ਗੱਲ, ਅਗਰ ਤੁਸੀਂ ਸੈਕਸ ਥੈਰੇਪਿਸਟ ਨੂੰ ਲੈ ਕੇ ਆਉਂਦੇ ਇਸ ਟੀਵੀ ਤੇ, ਉਹ ਕੁਛ ਹੋਰ ਸਲਾਹ ਦਿੰਦੇ। ਹਾਂਜੀ ਜੀ ਜੀ ਜੀ, ਉਹ ਤੁਸੀਂ ਦੇਖਿਆ ਨਾ ਜਿਹੜੀ ਉਹ ਡਾਕਟਰ, ਛੋਟੀ ਜਿਹੀ ਸਾਈਜ਼ ਦੀ ਡਾਕਟਰ ਹੈ, ਉਹ ਸੈਕਸ ਥੈਰੇਪਿਸਟ ਹੈ, ਉਹਦੀ ਸਲਾਹ ਬੜੀ ਅਲੱਗ ਹੁੰਦੀ। ਇੱਕ ਹੋਰ ਹੈਗੀ ਡਾਕਟਰ ਆਉਂਦੀ ਹੈਗੀ, ਸੈਕਸ ਥੈਰੇਪਿਸਟ ਹੈ, ਉਹ ਆਉਂਦੀ ਹੈਗੀ ਹੈ, ਉਹ ਉਹਦੀ ਸਲਾਹ ਹੋਰ ਹੁੰਦੀ। ਔਰ ਮੈਂ ਵੀ ਸਾਰੇ ਵਿਊਅਰਸ ਦੇ ਨਾਲ ਇਹੀ ਕਹਾਂਗੀ ਕਿ ਇਹ ਗੱਲ ਠੀਕ ਨਹੀਂ ਹੈ, ਕਿਉਂਕਿ ਇੱਕ ਤਾਂ ਉਹ 19 ਦੀ ਹੈ ਹਾਲੇ, ਉਹ ਆਪਣੇ ਵਾਸਤੇ ਨਹੀਂ ਕਹਿ ਰਹੀ, ਬੇਸਿਕਲੀ ਉਹਨੂੰ ਲੱਗਦਾ ਕਿ ਉਹਦੇ ਅਰਾਊਂਡ ਕੀ ਹੋ ਰਿਹਾ।
ਤਾਈ ਉਹ ਯੂ نو ਐਜ਼ ਅ ਐਜੂਕੇਸ਼ਨਿਸਟ ਐਜ਼ ਅ ਡਿਸਕਸ਼ਨ ਮੈਂਬਰ ਆਣਾ ਚਾਹੁੰਦੀ ਸੀ ਤੇ ਫਿਰ ਸਹੀ ਸ਼ਾਇਦ ਪੇਰੈਂਟਸ ਦੀ ਗੱਲ ਸੀ ਕਿ ਨਹੀਂ ਉਹ ਸਾਰੇ ਬੰਦੇ ਤੇਰੇ ਬਾਰੇ ਸੋਚਣਗੇ ਉਹ ਇਹ ਨਹੀਂ ਸੋਚਣਗੇ ਕਿ ਤੂੰ ਸਿਰਫ ਗੱਲ ਕਰ ਰਹੀ ਆ ਯੂ ਆਰ ਪੈਸ਼ਨੇਟ ਕਿਉਂਕਿ ਉਹ ਕਹਿੰਦੀ ਹੈ ਮੈਂ ਕਜ਼ਨਸ ਨੂੰ ਦੇਖ ਰਹੀ ਆ ਇੱਕ ਉਹਦਾ ਵੱਡਾ ਇਲਜ਼ਾਮ ਪੇਰੈਂਟਸ ਤੇ ਇਹ ਹੈ ਕਿ ਕੁੜੀਆਂ ਜਿਹੜੀਆਂ ਉਹਦੀਆਂ ਵੱਡੀਆਂ ਕਜ਼ਨਸ ਆ ਉਹਨਾਂ ਨਾਲ ਡਿਫਰੈਂਟ ਟ੍ਰੀਟਮੈਂਟ ਮਿਲਿਆ ਉਹਨਾਂ ਨੂੰ ਡਿਫਰੈਂਟ ਯੁੱਗ ਉਹਦਾ ਕਹਿਣਾ ਹੈ ਕਿ ਡਿਫਰੈਂਟ ਯੁੱਗ ਵਾਸਤੇ ਕੁੜੀਆਂ ਨੂੰ ਤਿਆਰ ਕੀਤਾ ਜਾ ਰਿਹਾ ਜਿਹੜਾ ਕਿ ਉਹ ਫਿੱਟ ਹੀ ਨਹੀਂ ਹੋਣਗੀਆਂ ਉਸ ਯੁੱਗ ਵਾਸਤੇ ਤੇ ਦੂਸਰਾ ਮੁੰਡਿਆਂ ਵਾਸਤੇ ਟੋਲਰੈਂਸ ਹੋਰ ਹੈ ਮੁੰਡੇ ਕਹਿੰਦੇ ਮੇਰੇ ਸਾਹਮਣੇ ਗੋਰੀਆਂ ਨਾਲ ਰਹਿ ਰਹੇ ਨੇ ਦੇ ਆਰ ਹੈਵਿੰਗ ਦੇ ਆਰ ਫਰੈਂਡਸ ਵਿਦ ਗੋਰੀਆਂ ਔਰ ਦੇਸੀ ਵਟ ਐਵਰ ਬਟ ਦੇ ਆਰ ਟੋਲਰੇਟਡ ਮਚ ਮੋਰ ਦੇ ਆਰ ਲਾਈਕ ਓਕੇ ਜਿਹੜਾ ਉਹ ਹਿਪੋਕ੍ਰੇਸੀ ਵਾਲਾ ਪੁਆਇੰਟ ਹੈ ਉਹ ਵਾਕਈ ਮੰਨਣ ਵਾਲੀ ਗੱਲ ਹੈਗੀ ਹੈ ਬੜੇ ਬੜੇ ਪਰਿਵਾਰਾਂ ਦੇ ਵਿੱਚ ਬੜੀਆਂ ਗੱਲਾਂ ਇਹੋ ਜਿਹੀਆਂ ਚੱਲ ਰਹੀਆਂ ਜਿਹੜੀਆਂ ਨਹੀਂ ਚੱਲਣੀਆਂ ਚਾਹੀਦੀਆਂ ਕਿਉਂਕਿ ਮਤਲਬ ਅਸੀਂ ਜਦੋਂ ਜਿਹੜੀਆਂ ਸਾਡੀਆਂ ਸਕਸੈਸਫੁਲ ਮੈਰਿਜਸ ਇੰਨੀਆਂ ਯੁੱਗਾਂ ਤੋਂ ਚੱਲੀਆਂ ਆ ਰਹੀਆਂ ਨੇ ਉਹ ਕਿਉਂ ਚੱਲੀਆਂ ਆ ਰਹੀਆਂ ਨੇ ਉਹਦੇ ਵਿੱਚ ਪ੍ਰੋਟੈਕਸ਼ਨ ਸੀਗੇ ਉਹਦੇ ਵਿੱਚ ਡਿਜ਼ੀਜ਼ ਫ੍ਰੀ ਸੀਗੇ ਉਹਦੇ ਵਿੱਚ ਸਾਡੀਆਂ ਲੌਂਗ ਮੈਰਿਜਸ ਸੀਗੀਆਂ ਹੁਣ ਤੁਸੀਂ ਤੁਹਾਡੇ ਕਿੰਨੇ ਸਾਰੇ ਕਾਲਰ ਨੇ ਜਿਹਨਾਂ ਦੇ ਰਿਸ਼ਤੇ ਇੰਨੇ ਸਾਲਾਂ ਦੇ ਸਾਲ ਚੱਲੇ ਨੇ ਔਰ ਉਹ ਪੱਕੇ ਰਿਸ਼ਤੇ ਚੱਲੇ ਨੇ ਹਾਂਜੀ ਤੇ ਇਹ ਜਿਹੜਾ ਇਹ ਸਿਸਟਮ ਕਿਉਂਕਿ ਹੁਣ ਜਿਹੜਾ ਨਵੇਂ ਬੱਚਿਆਂ ਨੇ ਨਵਾਂ ਸਿਸਟਮ ਸ਼ੁਰੂ ਕਰ ਲਿਆ ਇੱਕ ਦੂਜੇ ਨੂੰ ਦੇਖ ਕੇ ਕੀਤਾ ਹੈਗਾ ਤੇ ਇਹ ਜਿਹੜੀ ਹਿਪੋਕ੍ਰੇਸੀ ਇਹ ਵੀ ਗਲਤ ਹੈ ਤੇ ਜੇ ਦੇ ਤੁਹਾਡੇ ਦੋ ਬੱਚੇ ਨੇ ਤੇ ਤੁਹਾਡੇ ਕੋਲ ਰੂਲ ਇੱਕੋ ਹੀ ਹੋਣਾ ਚਾਹੀਦਾ ਗੱਲ ਤੇ ਤੁਹਾਡੀ ਬਿਲਕੁਲ ਠੀਕ ਹੈ ਹਾਂਜੀ ਠੀਕ ਹੈ ਜੀ ਥੈਂਕ ਯੂ ਸੋ ਮਚ ਸ਼ੀ ਇਜ਼ ਲਿਸਨਿੰਗ ਐਂਡ ਯੂ ਨੋ ਸਿਚੁਏਸ਼ਨ ਦੀ ਕੁਝ ਖਾਸ ਇਹ ਹੈ ਕਿਉਂਕਿ ਟੌਪਿਕ ਐਸਾ ਹੈ ਉਹ ਇੰਟੈਲੀਜੈਂਟ ਕੁੜੀ ਹੈ ਉਹਦੀ ਉਹਨੂੰ ਦੱਸ ਦਿੰਦੀ ਹਾਂ ਕਿ ਉਹਨੇ ਸਾਹਮਣੇ ਆ ਕੇ ਗੱਲ ਕੀਤੀ ਹੈ ਬੜੀ ਇੰਟੈਲੀਜੈਂਟ ਹੈ ਔਰ ਉਹ ਉਹਨੂੰ ਰੱਬ ਹੋਰ ਇੰਟੈਲੀਜੈਂਸ ਦੇਵੇ ਤਾਂ ਕਿ ਉਹ ਆਪਣੇ ਮਾਂ ਬਾਪ ਦੀ ਵੀ ਗੱਲ ਸੁਣ ਸਕੇ ਔਰ ਸਾਡੀ ਵੀ ਗੱਲਾਂ ਸੁਣ ਸਕੇ ਕਿ ਸਾਡੀਆਂ ਸਾਡੇ ਜਿਹੜੇ ਅਸੂਲ ਜਿਹੜੇ ਬਣੇ ਹੋਏ ਸੀਗੇ ਉਹਨਾਂ ਦਾ ਕੋਈ ਕਾਰਨ ਸੀਗਾ ਜੀ 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 ਬਿਲਕੁਲ ਹਾਂਜੀ ਤੇ ਆਈ ਥਿੰਕ ਤੁਹਾਡੇ ਵਿਊਅਰਸ ਹੋਰ ਵੀ ਕੋਈ ਕਾਲ ਦੀ ਵੇਟ ਕਰ ਰਹੇ ਹੋਣਗੇ ਸੋ ਆਈ ਲੈਟ ਯੂ ਗੋ ਥੈਂਕ ਯੂ ਸੋ ਮਚ ਜੀ ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ ਯੂ ਡੂ ਕਾਲ ਐਂਡ ਡੋਨਟ ਗੋ ਐਨੀਵੇਅਰ ਸਾਰਿਆਂ ਦਾ ਫਿਰ ਸਵਾਗਤ ਹੈ ਇੱਕ ਤਾਂ ਕੁੜੀ ਡਿਸਐਗਰੀ ਕਰ ਰਹੀ ਹੈ ਔਨ ਸਟੈਟਿਸਟਿਕਸ ਪੁਆਇੰਟ ਆਫ ਵਿਊ ਕਿ ਉਹ ਕਹਿੰਦੀ ਹੈ ਕਿ ਲਵ ਮੈਰਿਜ ਜ਼ਿਆਦਾ ਟੁੱਟਦੀ ਹੈ ਔਰ ਯੂ ਨੋ ਕਿਸੇ ਨੇ ਕਿਹਾ ਸੀ ਕਿ ਅਰੇਂਜ ਮੈਰਿਜ ਜ਼ਿਆਦਾ ਲੰਬੀ ਜਾਂਦੀ ਹੈ ਉਹ ਕਹਿੰਦੀ ਹੈ ਦਿਸ ਇਜ਼ ਨੋਟ ਪ੍ਰੂਵਨ ਉਹ ਨਹੀਂ ਸਟੈਟਿਸਟਿਕਸ ਵਾਈਜ਼ ਉਹ ਨਹੀਂ ਹੈ ਚਲੋ ਹੋਰ ਜਿਹੜੀ ਕਿ ਬਈ ਡਿਵੋਰਸਿਸ ਔਰ ਜਿਹੜੀ ਸਾਰਾ ਕੁਛ ਹੋ ਰਿਹਾ ਉਹਦਾ ਇਲਜ਼ਾਮ ਸਿਰਫ ਇਹ ਨਹੀਂ ਹੈ ਕਿਉਂਕਿ ਦਿਸ ਇਜ਼ ਕੁਆਇਟ ਲੇਟੈਸਟ ਕਿ ਜੋ ਹੋ ਰਿਹਾ ਇਹ ਅਸੀਂ ਵੀ ਮੰਨਦੇ ਹਾਂ ਕਿ ਇਹ ਜਿਹੜਾ ਚੇਂਜਸ ਆਏ ਨੇ ਹੁਣ ਉਹ ਕਾਫੀ ਪੁਰਾਣੇ ਨਹੀਂ ਨੇ ਬਟ ਡਿਵੋਰਸਿਸ ਕਾਫੀ ਦੇਰ ਤੋਂ ਚੱਲ ਰਹੇ ਆ ਔਰ ਬਹੁਤ ਮੈਨੂੰ ਅਨਫੋਰਚੁਨੇਟ ਲੱਗਦਾ ਕਿ ਮੈਰਿਜਸ ਜਿਹੜੀਆਂ ਉਹ 50-60% ਇਨ ਡਿਫਰੈਂਟ ਕਲਚਰਸ ਐਂਡ ਗਲੋਬਲੀ ਆਲਸੋ ਮੈਰਿਜਸ ਟੁੱਟ ਰਹੀਆਂ ਨੇ ਅਤੇ ਅਸੀਂ ਜਿਹੜੇ ਇੱਥੇ ਬੈਠੇ ਹੋਏ ਹਾਂ ਵੀ ਆਰ ਦਾ ਫੋਰਚੁਨੇਟ ਵਨਸ ਕਿ ਸਾਡੇ ਕਾਫੀ ਬੰਦੇ ਜਿਹੜੇ ਹੈ ਜਿਸ ਤਰ੍ਹਾਂ ਬਲਬੀਰ ਜੀ ਨੇ ਵੀ ਕਿਹਾ ਕਿ ਬਹੁਤ ਸਾਰੇ ਹੈ ਜਿਹੜੇ ਕਿ ਲੌਂਗ ਯੂ ਨੋ ਮੈਰਿਜਸ ਬੜੀਆਂ ਐਨਵਰਸਰੀਜ਼ ਜਿਨ੍ਹਾਂ ਨੇ ਇਕੱਠੇ ਮਨਾਈਆਂ ਬਟ ਐਨੀਵੇਜ਼ ਨਾਲ ਹੀ ਬਰਿੰਦਰ ਜੀ ਦੀ ਜਿਹੜੀ ਈਮੇਲ ਆਈ ਹੈ ਉਹਨਾਂ ਨੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਦੀ ਹਾਂ ਉਹ ਕਹਿੰਦੇ ਨੇ ਕਿ ਸਾਰਾ ਡਿਪੈਂਡ ਕਰਦਾ ਹੈ ਕਿ ਇੱਕ ਤਾਂ ਏਜ ਕਿੰਨੀ ਹੈ ਬੱਚਿਆਂ ਦੀ ਕਿ ਉਹਨਾਂ ਨੇ ਏਜ ਦੇ ਉੱਤੇ ਪਹਿਲੇ ਕਾਫੀ ਜ਼ੋਰ ਦਿੱਤਾ ਹੈ ਐਂਡ ਆਲਸੋ ਦਿਸ ਹੀ ਇਜ਼ ਸੇਇੰਗ ਕਿ ਬਹੁਤ ਜ਼ਿਆਦਾ ਇਹ ਵੀ ਇੰਪੋਰਟੈਂਟ ਹੈ ਬੜੇ ਸਾਰੇ ਉਹਨਾਂ ਨੇ ਇਗਜ਼ਾਮਪਲਸ ਦਿੱਤੇ ਹੈ ਕਿ ਜਿਹਦੇ 'ਚ ਗੜਬੜ ਹੋ ਰਹੀ ਹੈ ਜਿਵੇਂ ਕੋਈ ਯੂ ਨੋ ਕੈਲੀਫੋਰਨੀਆ ਦਾ ਬੇਕਰਸਫੀਲਡ ਦਾ ਕੇਸ ਪਿੱਛੇ ਕਿਤੇ ਨਿਊਜ਼ 'ਚ ਆਇਆ ਹੋਣਾ ਹੈ ਹੋਰ ਵੀ ਯੂ ਨੋ ਡਿਫਰੈਂਟ ਕੇਸਿਸ ਮੈਂ ਉਹੀ ਉਹਨਾਂ ਦੀ ਈਮੇਲ ਕੱਢਣ ਦੀ ਕੋਸ਼ਿਸ਼ ਕਰ ਰਹੀ ਹਾਂ ਹਾਂਜੀ ਹੁਣੇ ਮੈਂ ਪੜ੍ਹੀ ਹੈ ਬਟ ਦ ਥਿੰਗ ਇਜ਼ ਕਿ ਆਫਕੋਰਸ ਮੈਂ ਉਹਨਾਂ ਜਸਟਿਸ ਨਹੀਂ ਕਰ ਸਕਦੀ ਵਾਟ ਐਗਜੈਕਟਲੀ ਵਾਟ ਹੀ ਵਾਂਟਸ ਟੂ ਸੇ ਬਟ ਸਟਿਲ ਉਹ ਕਹਿੰਦੇ ਜਿਹੜੇ ਰਿਸਪੋਂਸੀਬਿਲਿਟੀ ਯੰਗਰ ਨੇ ਉਹ ਬਿਲਕੁਲ ਨਹੀਂ ਗਲਤ ਹੈ ਔਰ ਓਨਰ ਕਿਲਿੰਗ ਵੀ ਉਹਦੇ ਅਰਾਊਂਡ ਕਿ ਹਾਂਜੀ ਪੇਰੈਂਟਸ ਬੱਚਾ ਕੋਈ ਗਲਤ ਕਰ ਰਿਹਾ ਇਸ ਤਰ੍ਹਾਂ ਅਤੇ ਫਿਰ ਅਗਰ ਪ੍ਰੈਗਨੈਂਸੀ 'ਚ ਕਨਵਰਟ ਹੋ ਜਾਂਦਾ ਉਹ ਤਾਂ ਫਿਰ ਪੇਰੈਂਟਸ ਓਨਰ ਕਿਲਿੰਗ ਦੇ ਵਿੱਚ ਕੀ ਜੇਲ੍ਹ ਵੀ ਜਾ ਰਹੇ ਨੇ ਮਰ ਵੀ ਜਾਂਦੇ ਨੇ ਇੱਕ ਇਹਨਾਂ ਦਾ ਕੇਸ ਉਹਨਾਂ ਨੇ ਉਹ ਸ਼ੇਅਰ ਕੀਤਾ
But the thing is ki so much bad and wrong goes around this. But ਉਹਨਾਂ ਦਾ ਕਹਿਣਾ ਲਾਸਟ ਦੇ ਵਿੱਚ ਇਹੀ ਹੈ ਕਿ ਵੈਨ ਯੂ ਹੈਵ ਮੈਟ ਆਲ ਸਟੇਜਿਸ ਆਫ ਪ੍ਰਪੇਅਰਡਨੈਸ ਕਿ ਐਕਸੈਪਟ ਇਨ ਐਕਸੈਪਟਿੰਗ ਯੋਰ ਰਿਸਪੋਂਸਿਬਿਲਟੀਜ਼ ਐਂਡ ਡਿਮੋਨਸਟ੍ਰੇਟਡ ਮਿਨੀਮਮ ਸੋਸ਼ਲ ਮੋਰਲ ਐਂਡ ਫਾਈਨੈਂਸ਼ੀਅਲ ਆਬਲੀਗੇਸ਼ਨਸ ਐਂਡ ਰਿਕੁਆਇਰਮੈਂਟਸ ਦੈਟ ਯੂ ਕੈਨ ਬੇਅਰ ਕੰਸੀਕੁਐਂਸਿਸ ਗੋ ਅਹੈਡ ਨੋ ਪ੍ਰੋਬਲਮ ਕਿ ਜਦੋਂ ਤੁਸੀਂ ਬਾਕੀ ਸਾਰਾ ਕੁਛ ਅਗਰ ਤੁਸੀਂ ਆਪਣਾ ਕੰਟਰੋਲ ਯੂ ਨੋ ਸੈੱਟ ਕਰ ਲਿਆ ਤੁਸੀਂ ਰਿਸਪੋਂਸਿਬਿਲਟੀ ਲੈਣ ਨੂੰ ਤਿਆਰ ਹੋ ਸੋਸ਼ਲੀ ਮੋਰਲੀ ਫਾਈਨੈਂਸ਼ੀਅਲੀ ਬੇਅਰ ਕਰਨ ਨੂੰ ਤਿਆਰ ਹੋ ਕਿ ਹਾਂਜੀ ਅਗਰ ਬੱਚੇ ਹੋਣਗੇ ਤਾਂ ਕੀ ਕਰਾਂਗੇ ਫਿਰ ਤੁਹਾਡੀ ਮਰਜ਼ੀ ਫਿਰ ਤੁਸੀਂ ਉਨੇ ਕੁ ਅਡਲਟ ਹੋ ਚੁੱਕੇ ਹੋ ਕਿ ਅਸੀਂ ਕੁਛ ਨਹੀਂ ਕਹਿੰਦੇ ਫਿਰ ਤੁਸੀਂ ਗੋ ਫੋਰ ਇਟ ਜੋ ਜਿਸ ਤਰ੍ਹਾਂ ਚਾਹੁੰਦੇ ਹੋ ਕਰੋ ਨਾਲ ਕੁੜੀ ਨੇ ਇੱਕ ਇਹ ਵੀ ਗੱਲ ਸ਼ੇਅਰ ਕੀਤੀ ਹੈ ਕਹਿੰਦੀ ਕਿ ਮੈਨੂੰ ਇੱਕ ਇੰਟਰਸਟਿੰਗ ਫੈਕਟ ਇਹ ਵੀ ਲੱਗ ਰਿਹਾ ਹੈ ਕਿ ਬਾਕੀਆਂ ਦਾ ਪਤਾ ਨਹੀਂ ਜਿਸ ਤਰ੍ਹਾਂ ਸੁਦਰਸ਼ਨ ਜੀ ਨੇ ਸ਼ੇਅਰ ਕੀਤਾ ਉਹਦੇ ਨਾਲ ਕਿ ਮੈਂ ਥਰਡ ਜਨਰੇਸ਼ਨ 'ਚ ਹੂੰ ਕਹਿੰਦੀ ਕਿ ਮੇਰੀ ਆਪਣੀ ਗ੍ਰੈਂਡ ਮਦਰ ਉਹ ਪੂਰੀ ਮੈਨੂੰ ਸਪੋਰਟ ਕਰਦੀ ਹੈ ਜਦੋਂ ਮੈਂ ਇਹੋ ਜਿਹੀਆਂ ਗੱਲਾਂ ਕਰਦੀ ਹਾਂ ਸ਼ੀ ਇਜ਼ ਅ ਫੈਮਿਨਿਸਟ ਐਂਡ ਸ਼ੀ ਸੇਜ਼ ਕਿ ਗਲਤ ਹੈ ਜੇ ਮੁੰਡਾ ਕਰ ਸਕਦਾ ਤਾਂ ਕੁੜੀ ਵੀ ਉਨਾ ਹੀ ਕਰ ਸਕਦੀ ਹੈ ਸੋ ਮੇਰੀ ਗ੍ਰੈਂਡ ਮਦਰ ਮੇਰੀ ਸਪੋਰਟ ਕਰ ਰਹੀ ਹੈ ਔਰ ਈਵਨ ਹੁਣ ਉਹਦਾ ਮੈਸੇਜ ਆਇਆ ਕਿ ਮੇਰੀ ਗ੍ਰੈਂਡ ਮਦਰ ਬਹੁਤ ਇਨਸਿਸਟ ਕਰ ਰਹੀ ਸੀ ਕਿ ਨਹੀਂ ਤੂੰ ਸ਼ੋਅ 'ਤੇ ਕਮਿਟ ਕੀਤਾ ਹੈ ਤੂੰ ਜਾ ਸ਼ੋਅ 'ਤੇ ਖੁਦ ਜਾ ਗੱਲ ਕਰ ਕੋਈ ਕੋਈ ਪ੍ਰੋਬਲਮ ਨਹੀਂ ਹੈ ਤੂੰ ਤੈਨੂੰ ਪਤਾ ਹੈ ਤੂੰ ਕੀ ਡਿਸਕਸ ਕਰਨਾ ਚਾਹੁੰਦੀ ਹੈ ਸੋ ਯੂ ਮਸਟ ਗੋ ਕਿ ਉਹ ਕਹਿ ਰਹੀ ਸੀ ਪਰ ਮੇਰੇ ਮਦਰ ਐਂਡ ਫਾਦਰ ਬਿਲਕੁਲ ਵੀ ਇਸ ਚੀਜ਼ 'ਤੇ ਨਹੀਂ ਸ਼ੋਰ ਹੋ ਰਹੇ ਸੀ ਡਾਊਟ ਵਿੱਚ ਸੀਗੇ ਸੋ ਆਈ ਸੈਡ ਕਿ ਫੋਰਗੇਟ ਇਟ ਸੋ ਉਹਨਾਂ ਦਾ ਕਹਿਣਾ ਕਿ ਜਿਹੜੀ ਥਰਡ ਜਨਰੇਸ਼ਨ ਰਾਦਰ ਹੈਗੀ ਹੈ ਉਹ ਜ਼ਿਆਦਾ ਅੰਡਰਸਟੈਂਡ ਕਰ ਰਹੀ ਹੈ ਕਿ ਦੁਨੀਆ ਬਦਲ ਰਹੀ ਹੈ ਸਾਡੀ ਹੈਪੀਨੈਸ ਔਰ ਸਾਡਾ ਤਰੀਕਾ ਫਰਕ ਹੈ ਸਾਨੂੰ ਇੱਕ ਦੂਜੇ ਨੂੰ ਜਾਣਨ ਦਾ ਯੂ ਨੋ ਕਿਉਂਕਿ ਡਿਜੀਟਲ ਵਰਲਡ ਹੈ ਹੋਰ ਤਰੀਕੇ ਘੱਟ ਮਿਲਦੇ ਹੈ ਸੋ ਦਿਸ ਇਜ਼ ਵਨ ਆਫ ਆਰ ਰੀਜ਼ਨਸ ਕਿ ਅਸੀਂ ਡਿਫਰੈਂਟ ਵੇ ਨਾਲ ਫਰੈਂਡਸ਼ਿਪ ਦੀ ਡੈਫੀਨੇਸ਼ਨ ਬਦਲ ਚੁੱਕੀ ਹੈ ਸੋ ਇਹ ਵੀ ਇੱਕ ਇਲਜ਼ਾਮ ਹੈ ਉਹਨਾਂ ਦਾ ਕਿ ਪੇਰੈਂਟਸ ਨਹੀਂ ਸਮਝਦੇ ਪਰ ਗ੍ਰੈਂਡ ਪੇਰੈਂਟਸ ਸਮਝਦੇ ਹੈ ਸੋ ਲੈਟਸ ਸੀ ਹੋਰ ਕੀ ਕਹਿ ਰਹੇ ਨੇ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅਰਵਿੰਦ ਜੀ ਕੌਣ ਬੋਲ ਰਹੇ ਹੋ ਜੀ ਮੈਂ ਪਰਮਿੰਦਰ ਬੋਲਦੀ ਹਾਂ ਹਾਂਜੀ ਪਰਮਿੰਦਰ ਜੀ ਦੱਸੋ ਕੀ ਕਹਿੰਦੇ ਹੋ ਅੱਜ ਹਾਂਜੀ ਮੇਰਾ ਥੋੜਾ ਡਿਫਰੈਂਟ ਵਿਊ ਹੈ ਦੱਸੋ ਦੱਸੋ ਕਿਉਂਕਿ ਜੇ ਤੁਸੀਂ ਅੱਜ ਦਾ ਜ਼ਮਾਨਾ ਕੀ ਹੈ ਕੋਈ ਜ਼ਮਾਨਾ ਸੀ ਲਵ ਮੈਰਿਜਸ ਵਿੱਚ ਵੀ ਠੀਕ ਹੈ ਬੜਾ ਲੋਕੀ ਅਗੇਂਸਟ ਹਨ ਹਾਂ ਇਵਨ ਸਾਡੇ ਜ਼ਮਾਨੇ ਚ ਵੀ ਰਾਈਟ ਅਸੀਂ ਵੀ ਹਰ ਕੋਈ ਚਾਹੁੰਦਾ ਕਿ ਅਰੇਂਜ ਮੈਰਿਜ ਹੋਵੇ ਤੇ ਜੇ ਲਵ ਮੈਰਿਜਸ ਹੁਣ ਆਮ ਕਾਮਨ ਹੋ ਗਈਆਂ ਵੈਲਿਊਜ਼ ਤੇ ਅਸੀਂ ਆਪ ਹੀ ਸੈੱਟ ਕਰ ਰਹੇ ਹਾਂ ਹੌਲੀ ਹੌਲੀ ਜਿਵੇਂ ਜਿਵੇਂ ਜ਼ਮਾਨਾ ਬਦਲਦਾ ਚੀਜ਼ਾਂ ਬਦਲਦੀਆਂ ਜੀ ਜੀ ਆਲਾ ਦੁਆਲਾ ਚੇਂਜ ਹੁੰਦਾ ਜੀ ਤੇ ਸਭ ਰੂਲਸ ਵੀ ਚੇਂਜ ਹੁੰਦੇ ਹਨ ਔਰ ਵੈਲਿਊਜ਼ ਵੀ ਥੋੜੀਆਂ ਫਰਕ ਹੁੰਦੀਆਂ ਜੀ ਜਦੋਂ ਜ਼ਮਾਨੇ ਦੇ ਇਕਦਮ ਅਗੇਂਸਟ ਕੋਈ ਨਵੀਂ ਚੀਜ਼ ਹੋਵੇ ਤੇ ਉਹ ਅਲੱਗ ਲੱਗਦੀ ਹੈ ਥੋੜੀ ਦੇਰ ਬਾਅਦ ਉਹ ਕਾਮਨ ਹੋ ਜਾਏ ਤੇ ਫਿਰ ਠੀਕ ਹੋ ਜਾਂਦੀ ਹੈ ਪਰ ਲਿਵਿੰਗ ਦਾ ਹਿਸਾਬ ਨਾਲ ਸੈਕਸ ਪਹਿਲੇ ਕਰਨਾ ਜੇ ਬੱਚੇ ਮੈਚਿਓਰ ਨੇ ਔਰ ਕਿਉਂਕਿ ਅੱਜ ਕੱਲ੍ਹ ਮੈਰਿਜਿਸ ਬਹੁਤ ਲੇਟ ਹੁੰਦੀਆਂ ਪਹਿਲੇ ਠੀਕ ਸੀ ਵੀ ਛੋਟੀ ਏਜ ਵਿੱਚ ਮੈਰਿਜ ਹੋ ਜਾਂਦੀ ਸੀ ਇਹੋ ਜਿਹੀਆਂ ਗੱਲਾਂ ਨਹੀਂ ਕੋਈ ਬਰਦਾਸ਼ਤ ਕਰਦਾ ਸੀ ਨਹੀਂ ਆਮ ਹੁੰਦੀਆਂ ਸੀ ਪਰ ਬੱਚਿਆਂ ਨੂੰ ਅਗਰ ਅੱਜ ਤੇ ਫੀਲ ਹੁੰਦੀ ਹੈ ਨਾ ਕਿੰਨਾ ਕੋਈ ਡਿਸਿਪਲਿਨ ਰੱਖੇਗਾ ਤਾਂ ਡਿਸਿਪਲਿਨ ਵਿੱਚ ਰਹਿ ਕੇ ਜੇ ਬੱਚਾ ਬਹੁਤ ਲਾਈਕ ਕਰਦਾ ਇੱਕ ਦੂਸਰੇ ਨੂੰ ਜਾਂ ਇਕੱਠੇ ਰਹਿ ਰਹੇ ਹਨ ਜਾਂ ਹੈ ਤਾਂ ਸੇਫ ਸੈਕਸ ਕਰਨ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਠੀਕ ਹੈ ਛੋਟੇ ਛੋਟੇ ਬੱਚੇ ਉਹ ਜਿਹੀਆਂ ਗੱਲਾਂ ਕਰਨ ਜਾਂ ਟੀਨੇਜਰਸ ਕਰਨ ਤਾਂ ਫਿਰ ਰੋਕ ਹੋਣੀ ਚਾਹੀਦੀ ਹੈ ਜੀ 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 ਸੋ ਤੁਹਾਡਾ ਵੀ ਉਹ ਵੈਸੇ ਵੀ ਲਵ ਮੈਰਿਜ ਵਾਲੇ ਵੀ ਲੋਕੀ ਕਹਿੰਦੇ ਸੀ ਨਹੀਂ ਜੀ ਇਹ ਤਾਂ ਲਸਟ ਹੈ ਤਾਂ ਅਟਰੈਕਸ਼ਨ ਹੈ ਕੋਈ ਲਵ ਲਵ ਥੋੜੀ ਹੁੰਦਾ ਮਾਂ ਬਾਪ ਵੀ ਅਰੇਂਜ ਕਰਦੇ ਹਨ ਜਾਂ ਸੋਚ ਕੇ ਕਰਦੇ ਨੇ ਉਹਨਾਂ ਨੇ ਇੰਨਾ ਕੁਛ ਹੰਡਾਇਆ ਹੁੰਦਾ ਕੋਈ ਮੈਰਿਜ ਠੀਕ ਹੁੰਦੀ ਹੈ ਜੀ ਜੀ ਤੇ ਕਿਸੇ ਵੇਲੇ ਉਹ ਵੀ ਬੜੀ ਇਨਸਾਨ ਨੂੰ ਅਜੀਬ ਲੱਗਦੀ ਸੀ ਉਹ ਆਮ ਕਾਮਨ ਹੋ ਗਈ ਪਰ ਮੈਂ ਆਲੇ ਦੁਆਲੇ ਦੇਖਦੀ ਹਾਂ US 'ਚ ਕੀ ਇੱਥੇ ਹੋਰ ਵੀ ਇੰਡੀਆ 'ਚ ਵੀ ਇਸ ਤਰ੍ਹਾਂ ਹੋ ਰਿਹਾ ਛੋਟੀ ਏਜ ਵਿਚ ਨਹੀਂ ਕੋਈ ਵੀ ਐਕਸੈਪਟ ਕਰੇਗਾ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ ਘਰ ਵਿੱਚ ਥੋੜਾ ਬੱਚਿਆਂ ਨੂੰ ਸਮਝਾਉਣਾ ਵੀ ਚਾਹੀਦਾ ਇਵਨ ਅੱਜ ਕੱਲ੍ਹ ਤੇ ਟੀਚਰ ਵੀ ਪ੍ਰੈਫਰ ਕਰਦੇ ਨੇ ਬੱਚਿਆਂ ਨੂੰ ਸੈਕਸ ਐਜੂਕੇਸ਼ਨ ਦਿੰਦੇ ਨੇ ਸਕੂਲਾਂ ਚ ਕਾਫੀ ਨਹੀਂ ਬਹੁਤ ਵਧੀਆ ਤੁਸੀਂ ਇਹ ਹੈ ਕਿ
ਜੀ ਤੁਹਾਡਾ ਇਹ ਸ਼ੇਅਰ ਕਰਨਾ ਬਹੁਤ ਵੱਡੀ ਗੱਲ ਹੈ, ਬਿਕੋਜ਼ ਮੈਂ ਆਸ-ਪਾਸ ਦੇਖਦੀ ਹਾਂ, ਮੇਰੇ ਕਜ਼ਨ ਨੇ ਕੈਨੇਡਾ 'ਚ ਨੇ, ਇਹਨਾਂ ਇੰਡੀਆ 'ਚ ਨੇ, ਸਾਰੇ ਬੱਚੇ ਕਹਿੰਦੇ ਸਾਨੂੰ ਲੋਕ ਬੁੱਧੂ ਸਮਝ ਲੈਂਦੇ, ਸਮਝੋ ਵੀ ਅਸੀਂ ਮੈਰਿਜ ਤੋਂ ਪਹਿਲੇ ਇਹਨੇ ਕੀਤਾ ਹੋਵੇਗਾ, ਰਾਈਟ। ਤਾਂ ਫਿਰ ਬੱਚਿਆਂ ਨਾਲ ਵੀ ਕਈ ਵਾਰ ਡਿਸਕਸ਼ਨ ਹੁੰਦੀ ਹੈ ਤੇ ਉਹ ਕਹਿੰਦੇ ਅਮਾ ਨਹੀਂ ਕਰਨਗੇ ਤੇ ਚੋਰੀ ਕਰਨਗੇ ਬੱਚੇ, ਮਾਂ ਪਿਓ ਨੂੰ ਕੀ ਪਤਾ ਬੱਚੇ ਕਿੱਥੇ ਰਹਿੰਦੇ ਪੈਣ, ਕਿੱਥੇ ਜੋਬਾਂ ਕਰਦੇ ਨੇ। ਬਹੁਤ ਵਧੀਆ, ਥੈਂਕ ਯੂ ਸੋ ਮਚ ਜੀ, ਬਹੁਤ ਵਧੀਆ ਤੁਹਾਡਾ ਇਹ ਪੁਆਇੰਟ ਹੈ ਕਿ ਜਦੋਂ ਤੁਸੀਂ ਕਹਿੰਦੇ ਹੋ ਕਿ ਬੱਚਿਆਂ ਨੂੰ ਪੇਰੈਂਟਸ ਨੂੰ ਹੀ ਨਹੀਂ ਪਤਾ ਹੁੰਦਾ ਬੱਚੇ ਕਿੱਥੇ ਕਰੇ, ਇਹਦਾ ਮਤਲਬ ਉਹ ਛੁੱਪ ਕੇ ਕਰ ਰਹੇ ਨੇ ਔਰ ਛੁੱਪ ਕੇ ਕਰਨਗੇ, ਸੋ ਇਟ ਵਾਈ ਨਾਟ ਰਿਲੀਵ ਦੈਟ ਸਟ੍ਰੈਸ ਕਿ ਯੂ ਨੋ ਆਪਸ ਗੱਲ ਕਰ ਸਕਣ, ਜਿਵੇਂ ਇਹ ਕਹਿ ਰਹੇ ਨੇ ਕਿ ਗੱਲਾਂ ਹੁੰਦੀਆਂ ਨੇ ਇੰਝ, ਸੋ ਉਹ ਗੱਲਾਂ ਦੀ ਸ਼ੁਰੂਆਤ ਹੀ ਕੋਸ਼ਿਸ਼ ਅਸੀਂ ਕਰ ਰਹੇ ਹਾਂ। ਇਹਨਾਂ ਨੂੰ ਪੁੱਛਦੇ ਹਾਂ ਕੀ ਕਹਿ ਰਹੇ ਨੇ। ਹੈਲੋ, ਹਾਂਜੀ ਹਾਂਜੀ ਸੁਦਰਸ਼ਨ ਜੀ, ਮੈਂ ਸੁਣ ਰਹੀ ਸੀ। ਸਵਾਲ ਇਹ ਕਿ ਉਹਦੀ ਅਗਰ ਗ੍ਰੈਂਡ ਮਦਰ ਨੇ ਜੋ ਕੁਛ ਕਿਹਾ ਉਹ ਗੱਲ ਮੰਨ ਲਿੱਤੀ ਹੈ ਮੈਂ ਕਿ ਸਾਰੀ ਗੱਲ ਠੀਕ ਹੈ, ਅਸੀਂ ਵੀ ਬਦਲ ਚੁੱਕੇ ਹਾਂ ਜੀ, ਸਾਡੇ ਅੱਗੋਂ ਬੱਚੇ ਵੀ ਬਦਲ ਚੁੱਕੇ ਨੇ, ਜੇ ਉਹਨਾਂ ਦੇ ਬੱਚਿਆਂ ਦੀ ਵੀ ਸ਼ਾਦੀ ਹੋ ਚੁੱਕੀ, ਮੇਰੀ ਪੋਤੀ ਦੀ ਸ਼ਾਦੀ ਹੋ ਚੁੱਕੀ ਹੈ, ਉਹ ਸਾਰਾ ਕੁਛ ਠੀਕ ਹੈ, ਲੇਕਿਨ ਉਹ ਜਿਹੜੀ ਉੱਥੇ ਗੱਲ ਅਟਕ ਜਾਂਦੀ ਹੈ ਕਿ ਜਿਹੜਾ ਲਿਵਿੰਗ ਵਾਲੀ ਗੱਲ ਹੈ, ਇਹ ਕੋਈ ਗੱਡੀ ਤਾਂ ਨਹੀਂ ਨਾ ਖਰੀਦੀ ਕਿ ਲੌਂਗ ਡਰਾਈਵ ਤੇ ਚਲੇ ਗਏ ਉਹਨੂੰ ਪਰਖ ਆਏ, ਠੀਕ ਹੈ ਪਰਖ ਆਏ, ਦੋ ਦਿਨ ਉਹਦੇ ਬਾਅਦ ਗੱਡੀ ਤੁਹਾਡੀ ਖਰਾਬ ਹੋ ਗਈ ਤੇ ਕੀ ਕਰੋਗੇ ਫਿਰ ਤੁਸੀਂ, ਫਿਰ ਉਹਨੂੰ ਠੀਕ ਕਰਾਉਂਦੇ ਰਹੋਗੇ ਕਰਦੇ ਰਹੋਗੇ, ਉਹ ਪਰਖਣ ਵਾਲੀ ਜਿਹੜੀ ਚੀਜ਼ ਹੈ ਨਾ ਉਹ ਗਲਤ ਹੈ ਜੀ ਜੀ ਜੀ, ਉਹ ਲਿਵਿੰਗ ਵਾਲੀ ਜਿਹੜੀ ਚੀਜ਼ ਹੈ ਗਲਤ ਹੈ ਜੀ ਜੀ ਜੀ, ਤੁਸੀਂ ਅੰਡਰਸਟੈਂਡ ਕਰੋ, ਠੀਕ ਹੈ ਵੀ ਦਿਮਾਗ ਹੁੰਦੇ ਨੇ ਬਿਲਕੁਲ ਖੁੱਲੇ ਨਾਲ, ਸਾਨੂੰ ਸਮਝ ਹੈ ਕਿ ਅੱਜ ਕੱਲ ਦੇ ਬੱਚੇ ਕੀ ਚਾਹੁੰਦੇ ਆ, ਲੇਕਿਨ ਉਸ ਤੱਕ ਨਾ ਪਹੁੰਚੋ, ਉਸ ਚੀਜ਼ ਤੱਕ ਨਾ ਪਹੁੰਚੋ, ਤੁਸੀਂ ਇੰਨੇ ਮੈਚਿਓਰ ਨਹੀਂ ਹੋ ਗਏ ਨਾ ਫਾਈਨੈਂਸ਼ਲੀ ਤੇ ਨਾ ਤੁਸੀਂ, ਤੁਹਾਡਾ ਇੰਨਾ ਸਟੇਟਸ ਹੈ ਕਿ ਕੱਲ ਨੂੰ ਇਹ ਚੀਜ਼ਾਂ ਜਿਹੜੀ ਅਗਰ ਪ੍ਰੈਗਨੈਂਸੀ ਤੇ ਤੁਸੀਂ ਇਕੱਠੇ ਰਹਿੰਦੇ ਹੋ ਤੇ ਡੈਫੀਨੇਟਲੀ ਪਹੁੰਚਣਗੀਆਂ ਪ੍ਰੈਗਨੈਂਸੀ ਤੱਕ ਹੋਏਗਾ ਗੱਲ, ਫਿਰ ਤੁਸੀਂ ਕੀ ਕਰੋਗੇ ਉਸ ਵਕਤ ਅਗਰ ਤੁਹਾਡੇ ਨਾਲ ਸ਼ਾਦੀ ਉਹਦੀ ਨਹੀਂ ਹੋ ਸਕਦੀ, ਫਿਰ ਉਹੀ ਹਾਲ ਹੋਏਗਾ ਨਾ ਅਰਜਨ ਜੀ, ਬੱਚਾ ਕਿੱਥੇ ਜਾਏਗਾ, ਬੱਚੇ ਦੀ ਕੀ ਕਿਆ ਹੋਏਗਾ ਉਹਦਾ ਸੋਸਾਇਟੀ ਦੇ ਵਿੱਚ, ਔਰ ਤੁਸੀਂ ਕੀ ਸੋਚੋਗੇ, ਇਹ ਬੜੀ ਲੰਬੀ ਚੌੜੀ ਸੋਚ ਹੈ, ਸੋ ਇਸ ਜਿਹੜਾ ਨੂੰ ਸਗੋਂ ਸਾਨੂੰ ਉਹਨੂੰ ਡਿਸਕਰੇਜ ਕਰਨਾ ਚਾਹੀਦਾ, ਚਾਹੇ ਥਰਡ ਜਨਰੇਸ਼ਨ ਚ ਮੈਂ ਸੋਚ ਰਹੀ ਹਾਂ, ਚਾਹੇ ਮੈਂ ਸੈਕਿੰਡ ਚ ਸੋਚ ਰਹੀ ਹਾਂ, ਚਾਹੇ ਮੈਂ ਫਸਟ ਜਨਰੇਸ਼ਨ ਚ ਸੋਚ ਰਹੀ ਹਾਂ, ਇਸ ਚੀਜ਼ ਨੂੰ ਡਿਸਕਰੇਜ ਕਰਨਾ ਚਾਹੀਦਾ। ਬਹੁਤ ਵਧੀਆ ਸੁਦਰਸ਼ਨ ਜੀ, ਥੈਂਕ ਯੂ ਸੋ ਮਚ, ਸੋ ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ। ਸਾਰਿਆਂ ਦਾ ਫਿਰ ਸਵਾਗਤ ਹੈ, ਵਾਕਈ ਆਈ ਵਿਸ਼ ਕਿ ਹੋਰ ਕਾਲਸ ਆਉਂਦੀਆਂ, ਹੋਰ ਆਪਣੀ ਰਾਏ ਦੇ ਸਕਦੇ, ਬਟ ਠੀਕ ਹੈ, ਜਦੋਂ ਅਸੀਂ ਸ਼ੁਰੂਆਤ ਕਰਦੇ ਹਾਂ ਕਿਸੇ ਟੋਪਿਕ ਦੀ, ਕੋਈ ਔਖੇ ਗੱਲਾਂ ਜਿਹੜੀਆਂ ਕਿ ਇਹ ਨਹੀਂ ਹੈ ਕਿ ਅੱਜ ਤੋਂ ਇਹ ਗੱਲ ਸ਼ੁਰੂ ਹੋ ਰਹੀ ਹੈ, ਬਟ ਗੱਲਾਂ ਨਹੀਂ ਹੁੰਦੀਆਂ, ਸੋ ਗੱਲਾਂ ਸ਼ੁਰੂ ਕਰਦੇ ਹਾਂ ਤਾਂ ਆਸਾਨ ਨਹੀਂ ਹੈ। 10 ਸਾਲ ਪਹਿਲੇ ਮੈਨੂੰ ਯਾਦ ਹੈ ਜਦੋਂ ਅਸੀਂ ਗੇ ਐਂਡ ਲੈਸਬੀਅਨ ਦੇ ਬਾਰੇ ਗੱਲ ਕਰਦੇ ਸੀ ਤਾਂ ਵੀ ਇਸੇ ਤਰ੍ਹਾਂ ਦੇ ਸ਼ੋਜ਼ ਹੋਏ ਹੈ, ਬਟ ਫਿਰ ਵਧਦੇ ਵਧਦੇ ਆਈ ਐਮ ਰੀਅਲੀ ਸਰਪ੍ਰਾਈਜ਼ ਐਂਡ ਪ੍ਰਾਊਡ ਆਫ ਦਿਸ ਗਰੁੱਪ ਕਿ ਉਸ ਤੋਂ ਬਾਅਦ ਫਿਰ ਕਿਸ ਤਰ੍ਹਾਂ ਅਸੀਂ ਉਸ ਚੀਜ਼ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ, ਐਕਸਚੇਂਜ ਕੀਤੇ ਆਈਡੀਆਜ਼, ਐਂਡ ਦੈਨ ਬਹੁਤ ਸਾਰੇ ਕਲੇਮ ਕਰਦੇ ਨੇ ਕਿ ਅਸੀਂ ਇਹ ਸਾਰੀਆਂ ਗੱਲਾਂ ਸੁਣ ਕੇ ਸਾਡੇ ਵਿਊਜ਼ ਬਦਲੇ, ਸੋ ਉਸੇ ਤਰ੍ਹਾਂ ਇਹ ਯੂ ਨੋ ਸੋਸਾਇਟੀ ਇਵੋਲਵ ਕਰਦੀ ਹੈ, ਆਈ ਹੋਪ ਕਿ ਇਵੋਲਵ ਵੀ ਕਰੇ, ਡਿਸਇੰਟੀਗ੍ਰੇਟ ਨਾ ਹੋਏ, ਸੋ ਓਲਡਰ ਜਨਰੇਸ਼ਨ ਦਾ ਕੰਸਰਨ ਹੈ ਜ਼ਰੂਰ ਹੈ ਕਿ ਅਗਰ ਖੁੱਲ੍ਹੇਆਮ ਇਸ ਤਰ੍ਹਾਂ ਨਾਲ ਕਿ ਹਾਂਜੀ ਜਦੋਂ ਮਰਜ਼ੀ ਜਿਸ ਨਾਲ ਮਰਜ਼ੀ, ਜਾਂ ਯੂ ਨੋ ਮੈਰਿਜ ਦੀ ਕੋਈ ਕੰਪਲਸ਼ਨ ਨਹੀਂ ਹੈ, ਤੁਸੀਂ ਯੂ ਕੈਨ ਸਲੀਪ ਵਿਦ ਸਮਵਨ, ਤਾਂ ਸੋਸਾਇਟੀ 'ਚ ਰਹੇਗਾ ਕੀ ਇੱਕ ਮੁੱਢ ਜਿਹੜਾ ਸੋਸਾਇਟੀ ਦਾ ਹੁੰਦਾ, ਫੈਮਿਲੀ ਮੈਰਿਜ, ਉਹ ਡਿਸਇੰਟੀਗ੍ਰੇਟ ਹੋ ਜਾਏਗੀ, ਉਹ ਬਿਖਰ ਜਾਏਗੀ, ਸੋ ਸਭ ਤੋਂ ਜ਼ਿਆਦਾ ਕੰਸਰਨ ਜਿਹੜਾ ਸੋਸਾਇਟੀ ਸਪੈਸ਼ਲੀ ਇਸ ਕੁੜੀ ਨੂੰ ਕਹਿ ਰਿਹਾ ਕਿ ਉਹ ਸੋਸ਼ਲ ਸਾਈਕੋਲੋਜਿਸਟ ਬਣਨਾ ਚਾਹ ਰਹੀ ਹੈ, ਅਤੇ ਇੱਕ ਡਾਇਨਾਮਿਕਸ ਕਿ ਉਹ ਸੋਸਾਇਟੀ ਇੱਕ ਮਿੰਟ ਦੇਖੀਏ ਤਾਂ ਕਿਸ ਤਰ੍ਹਾਂ ਦੀ ਹੋਏਗੀ ਜਿਹਦੇ 'ਚ ਕੋਈ ਰੂਲ ਐਂਡ ਰੈਗੂਲੇਸ਼ਨਸ ਨਹੀਂ ਹੈ, ਕੋਈ ਸਟਰਕਚਰ ਨਹੀਂ ਹੈ, ਕਿਉਂਕਿ ਫੈਮਿਲੀ ਡੈਫੀਨੇਟਲੀ ਬਹੁਤ ਸਟਰੋਂਗ ਇੱਕ ਯੂਨਿਟ ਹੈ, ਔਰ ਫੈਮਿਲੀ ਸਟਰੋਂਗ ਯੂਨਿਟ ਤਾਂ ਹੀ ਹੋਏਗੀ ਜਦੋਂ ਜਿਹੜਾ ਕਪਲ ਉਹਨੂੰ ਇਕੱਠੇ ਲੈ ਕੇ ਆ ਰਿਹਾ, ਜਿਹੜੇ ਬੱਚੇ ਉਸ ਫੈਮਿਲੀ 'ਚ ਆ ਰਹੇ ਹੈ, ਉਹਦਾ ਸਟਰੋਂਗ ਰਿਲੇਸ਼ਨਸ਼ਿਪ ਹੋਏਗਾ, ਸੋ ਸਾਨੂੰ ਥੋੜ੍ਹਾ ਜਿਹਾ ਉਹ ਕੰਸਰਨ ਜ਼ਰੂਰ ਹੈ। ਬਾਕੀ ਇਸ ਜਨਰੇਸ਼ਨ ਦੀ ਇਸ ਕੁੜੀ ਦੇ ਰਾਹੀਂ ਜੋ ਗੱਲਾਂ ਸੁਣ ਰਹੀਆਂ ਉਹ ਕਹਿੰਦੇ ਨੇ, ਉਹ ਕਹਿ ਰਹੀ ਹੈ ਕਿ ਸਾਨੂੰ ਫੋਰਸ ਨਹੀਂ ਕਰੋ, ਸਾਡੀ ਇਸ ਜਨਰੇਸ਼ਨ 'ਤੇ ਟਰੱਸਟ ਕਰੋ, ਅਸੀਂ ਇਹ ਨਹੀਂ ਕਹਿ ਰਹੇ ਕਿ ਅਸੀਂ ਕਿਸੇ ਨਾਲ ਵੀ ਸੌਣ ਨੂੰ ਤਿਆਰ ਹਾਂ, ਐਸੀ ਗੱਲ ਨਹੀਂ ਹੈ, ਅਸੀਂ ਚੁਣਾਂਗੇ ਅਸੀਂ, ਪਰ ਸਾਨੂੰ ਫੋਰਸ ਨਾ ਕਰੋ ਕਿ ਅਸੀਂ ਤੁਹਾਡੇ ਨਾਲ ਝੂਠ ਬੋਲੀਏ, ਸਾਨੂੰ ਉਸ ਜਗ੍ਹਾ 'ਤੇ ਪੁਸ਼ ਕਿਉਂ ਕਰਦੇ ਹੈ ਕਿ ਸਾਨੂੰ ਹਰ ਵੇਲੇ ਝੂਠ ਬੋਲਣਾ ਪਏ ਜਾਂ
ਪਰਦੇ ਪਾਣੇ ਪੈਣ ਜਾਂ ਜਿੱਥੇ ਅਸੀਂ ਸ਼ੇਅਰ ਨਹੀਂ ਕਰ ਸਕਦੇ ਕਿ ਹਾਂ ਅਸੀਂ ਇਹ ਕਹਿਣਾ ਚਾਹ ਰਹੇ ਹਾਂ। ਤੁਸੀਂ ਟੇਬਲ 'ਤੇ ਆਓ, ਉਹਦਾ ਕਹਿਣਾ ਹੈ, ਔਰ ਸਾਡੇ ਨਾਲ ਸ਼ੇਅਰ ਕਰੋ ਕਿ ਤੁਸੀਂ ਕਿਉਂ ਹੈ। ਅਸੀਂ ਸਮਝ, ਉਹ ਕਹਿੰਦੀ ਵੀ ਹੈ ਕਿ ਅਸੀਂ ਸਮਝਦੇ ਹਾਂ ਕਿ ਤੁਹਾਡੇ ਜਿਹੜੇ ਮਨ ਵਿੱਚ ਖਿਆਲ ਹੈ ਉਹ ਕਿੰਨੇ ਕਿਸ ਤਰ੍ਹਾਂ ਬੈਠੇ ਔਰ ਕਿਸ ਤਰ੍ਹਾਂ ਓਵਰ ਦਾ ਈਅਰਸ ਬਣੇ, ਪਰ ਹੁਣ ਸਾਡੀ ਵੀ ਸੁਣੋ। ਸੋ ਪਰ ਸੁਣਨ ਨੂੰ ਤਿਆਰ ਹੋ ਜਾਓ, ਉਹ ਇਹ ਰਿਕੁਐਸਟ ਕਰ ਰਹੀ ਹੈ। ਸੋ ਸ਼ੀ ਸੇਇੰਗ ਕਿ ਪਲੀਜ਼ ਡੂ ਨਾਟ ਫੋਰਸ ਹਰ ਐਂਡ ਹਰ ਫਰੈਂਡਸ, ਹਰ ਜਨਰੇਸ਼ਨ ਟੂ ਲਾਈ। ਪੇਰੈਂਟਸ ਨੂੰ ਇਹੀ ਰਿਕੁਐਸਟ ਕਰ ਰਹੀ ਹੈ ਕਿ ਪਲੀਜ਼ ਇੰਨੀ ਕੁ ਗੱਲ ਜ਼ਰੂਰ ਸੁਣੋ, ਔਰ ਦੇਖਦੇ ਹੀ ਔਰ ਸੁਣਦੇ ਹੀ ਇਹ ਨਹੀਂ ਕਰੋ ਕਿ ਇਹ ਤਾਂ ਬੱਚੇ ਇਹੀ ਕਰਨਗੇ, ਔਰ ਯੂ ਨੋ ਇੱਕ ਇਲਜ਼ਾਮ ਲਾ ਕੇ ਤੁਸੀਂ ਉਹਨਾਂ ਨੂੰ ਬਿਲਕੁਲ ਅਲੱਗ ਕਰ ਦਿੰਦੇ ਹੋ। ਸੋ ਉਹ ਬੱਚੇ ਫਿਰ ਕਿਹਦੇ ਕੋਲ ਜਾਣ, ਕਿਹਦੇ ਨਾਲ ਗੱਲ ਕਰਨ? ਅਤੇ ਉਹ ਡੈਫੀਨੇਟਲੀ ਜਦੋਂ ਅਡਲਟ ਸੁਪਰਵਿਜ਼ਨ ਜਾਂ ਅਡਲਟ ਪਾਰਟੀਸੀਪੇਸ਼ਨ ਨਹੀਂ ਹੋਏਗੀ ਉਹਨਾਂ ਦੀ ਲਾਈਫਸ ਦੇ ਵਿੱਚ, ਤਾਂ ਉਹ ਗਲਤੀਆਂ ਕਰਨਗੇ। ਸੋ ਇੰਨਾ ਉਹ ਵੀ ਐਕਸੈਪਟ ਕਰ ਰਹੀ ਹੈ, ਜਿਵੇਂ ਬਰਿੰਦਰ ਜੀ ਨੇ ਔਰ ਬਲਬੀਰ ਜੀ ਨੇ ਔਰ ਯੂ ਨੋ ਕਿਹਾ ਕਿ ਏਜ ਇਜ਼ ਅ ਬਿਗ ਫੈਕਟਰ, ਕਿ ਯੰਗਰ ਏਜ ਦੇ ਵਿੱਚ ਉਹ ਵੀ ਮੰਨ ਰਹੀ ਹੈ ਕਿ ਨਹੀਂ ਗਲਤ ਹੋਏਗਾ। ਬਟ ਇੱਕ ਮੈਚਿਓਰ ਜਦੋਂ ਕਿ ਬਿਕੋਜ਼ ਜਿਸ ਤਰ੍ਹਾਂ ਕਿਸੇ ਨੇ ਇਹ ਵੀ ਯਾਦ ਕਰਾਇਆ ਕਿ ਜਦੋਂ ਪਹਿਲੇ ਹੁੰਦਾ ਸੀਗਾ ਤਾਂ ਉਹ 17-18 ਸਾਲਾਂ ਦੇ ਵਿੱਚ ਵਿਆਹ ਹੋ ਜਾਂਦੇ ਸੀ, ਯੂ ਨੋ। ਹੁਣ ਉਹ ਨਹੀਂ ਹੋ ਰਿਹਾ, ਪਹਿਲੇ ਤਾਂ ਲੀਗਲੀ ਨਹੀਂ ਹੋ ਰਿਹਾ, ਉਸ ਤੋਂ ਬਾਅਦ ਇਕਨੋਮਿਕਲ ਰੀਜ਼ਨਸ, ਫਾਈਨੈਂਸ਼ੀਅਲ ਰੀਜ਼ਨਸ, ਜਿਹੜੀ ਵਰਕ ਪਲੇਸ ਦੇ ਰੀਜ਼ਨਸ ਹੈਗੀਆਂ ਕਿ ਪੜ੍ਹਾਈ ਲੰਬੀਆਂ ਹੋਈ ਜਾ ਰਹੀਆਂ ਨੇ, ਉਹਦੇ ਕਰਕੇ ਵੀ ਬਹੁਤ ਸਾਰੀਆਂ ਇਸ਼ੂਜ਼ ਜਿਹੜੇ ਹੈ ਸੋਸਾਇਟੀ ਨੇ ਚੇਂਜ ਹੋ ਗਿਆ, ਮਤਲਬ ਯੂ ਨੋ ਨੀਡਸ ਸੋਸਾਇਟੀ ਦੀਆਂ ਬਦਲ ਗਈਆਂ। ਪਰ ਸ਼ਾਇਦ ਬਾਇਓਲੋਜੀਕਲ ਨੀਡਸ ਉੱਨੀ ਜਲਦੀ ਇਵੋਲਵ ਨਹੀਂ ਹੋ ਰਹੀਆਂ। ਸੋ ਉਹ ਇਹ ਵੀ ਮੰਨਦੀ ਹੈ ਕਿ ਹਾਂ ਛੋਟੀ ਉਮਰ ਦੇ ਵਿੱਚ ਡੈਫੀਨੇਟਲੀ ਨਹੀਂ ਹੋਣਾ ਚਾਹੀਦਾ, ਪਰ ਅਗਰ ਮੈਚਿਓਰ ਕੋਈ ਯੂ ਨੋ ਹੈਗੇ ਹੈ ਤਾਂ ਉਹ ਉਹਨਾਂ ਨੂੰ ਪੇਰੈਂਟਸ ਨੂੰ ਸੁਣਨਾ ਚਾਹੀਦਾ ਕਿ ਕਿਉਂ ਉਹ ਇੰਜ ਕਰਨਾ ਚਾਹੁੰਦੇ ਨੇ। ਦੋਨਾਂ ਦੀ ਕਨਵਰਸੇਸ਼ਨ ਅਸੀਂ ਸ਼ੁਰੂ ਕਰਾਤੀ ਹੈ, ਆਈ ਹੋਪ ਕਿ ਇਸੇ ਤਰ੍ਹਾਂ ਜਾਰੀ ਰਹੇ। ਦੈਟ ਵਾਜ਼ ਦਾ ਓਨਲੀ ਗੋਲ ਆਫ ਦਿਸ ਸ਼ੋ, ਕਿ ਆਪਸ ਵਿੱਚ ਗੱਲ ਜ਼ਰੂਰ ਕਰੋ, ਇੱਕ ਦੂਜੇ ਦੀ ਸੁਣੋ, ਕਵੋ ਜ਼ਰੂਰ ਪਰ ਲਿਸਨ, ਸੁਣਨਾ ਬਹੁਤ ਇੰਪੋਰਟੈਂਟ ਹੈ। ਚਲੋ ਅੱਜ ਮੈਨੂੰ ਇਜਾਜ਼ਤ ਦਿਓ ਤਾਂ ਕਿ ਮੈਂ ਫਿਰ ਦੁਬਾਰਾ ਆ ਸਕਾਂ। ਅੱਜ ਵਾਸਤੇ ਇੰਨਾ ਹੀ, ਸਤਿ ਸ਼੍ਰੀ ਅਕਾਲ।